ਤੁਹਾਨੂੰ ਵੀ ਕਦੇ ਕੋਈ ਫੋਨ ਫਾਨ ਆਇਆ ਕਿ ਨਹੀਂ ਵੀ ਭਾਈ 25 ਕਰੋੜ ਰੁਪਏ ਲੈ ਲਓ ਤੇ ਮਾਰੋ ਮੜੀ ਦੀ ਪਲਾਕੀ ਇੱਧਰਲੇ ਪਾਸੇ ਆ ਜਾਓ ਮੈਨੂੰ ਤਾਂ ਪਰਾਵੋ ਕਿਸੇ ਨੇ 25 ਰੁਪਏ ਨਹੀਂ ਆਖੇ ਵੀ ਤੁਸੀਂ ਇੱਧਰਲੇ ਪਾਸੇ ਆਇਆਂਗਾ ਤਾਂ 25 ਰੁਪਏ ਤੇ ਤੁਹਾਨੂੰ ਲੱਗਦਾ ਵੀ ਭਾਈ ਅੱਜਕੱਲ ਕਲਿੱਪ ਵਾਇਰਲ ਦੇ ਲਈ ਆਏ ਕੋਕੇ ਜੜਦਿਆਂਗੇ ਐ ਜੜੋਂ ਹੀ ਪਟਦਿਆਂਗੇ ਐ ਜੇ ਕਰਗੇ ਜਿਹੜੇ ਸਾਨੂੰ ਕਹਿੰਦੇ ਸੀ ਨਾ ਦਿੱਲੀ ਤੋਂ ਟਿਕਟੌਂ ਦੀ ਤੇ ਮੈਨੂੰ ਤਾਂ ਪਹਿਲਾਂ ਹੀ ਦੇਖੇ ਤੋਰ ਤੇ ਇਹਨਾਂ ਦੇ ਤਾਂ ਘਰੇ ਟਿਕ ਸੀ ਜਿੰਨਾ ਚਿਰ ਘਰੇ ਰਸੋਈ 'ਚ ਆਪਣੇ ਔਰਤਾਂ ਹੁੰਦੀਆਂ ਬੀਬੀ ਹਰਸਿਮਨ தோਰੀ ਚਾਹ ਬਣਾਉਂਦੇ ਹੁਣ ਉਹਨੇ ਜਿੱਦ ਟਿਕਟ ਕੱਟ ਕੇ ਦੇ ਸਕਦੇ ਜਿਹੜੀ ਸਾਡੀ ਆਲੋਚਨਾ ਕਰਨ ਵਾਲੇ ਲੋਕ ਆ ਉਹਨਾਂ ਨੇ ਕਰਦੇ ਹੀ ਰਹਿਣਾ ਹਟਣਾ ਨਹੀਂ ਜਿੰਨਾ ਮਰਜ਼ੀ ਹੋਵੇ ਤੁਸੀਂ ਕਿਹਨੂੰ ਮੰਨਦੇ ਵੀ ਮੇਰਾ ਹੁਣ ਇਹਦੇ ਨਾਲ ਭੇਡ ਵੱਖਰਾ ਤੇ ਉਹੀ ਕੁਝ ਹੋਊ ਜਿਹੜਾ ਲੰਬੀਚ ਹੋਇਆ ਸੀ ਉਹੀ ਕੁਝ ਹੋਊ ਜਿਹੜਾ ਜਲਾਲਾਬਾਦ ਹੋਇਆ ਸੀ ਤੇ ਉਹੀ ਕੁਝ ਹੋਊ ਜਿਹੜਾ ਫਟਿਆਲ ਹੋਇਆ ਇਹ ਬਠਿੰਡੇ ਨੂੰ ਸੱਚੀ ਮੁੱਚੀ ਕੁਝ ਬਣਾ ਦਿੱਤਾ ਜਾ ਸਰਕੀ ਬਾਜ਼ਾਰ ਅੱਜ ਵੀ ਡੁੱਬਦਾ ਜਿਵੇਂ ਪਹਿਲਾਂ ਡੁੱਬ ਜਾਂਦਾ ਸੀ ਜੇ ਤਾਂ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਉਹੀ ਹਾਲ ਹੈ ਹਰ ਸਿਮਰਤ ਇੱਕੋ ਹੀ ਉਹਦੇ ਕੋਲੇ ਖੇਡ ਨਾ ਰਹਿ ਗਿਆ ਮੈਂ ਏਮਜ਼ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਜਾਂ ਖੋਲ ਦਿੱਤੇ ਆਪਾਂ ਇਹ ਗੱਲ ਕਹਿ ਲਈਏ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਤਾਂ ਆਪਣੇ 13 ਦੇ 13 ਉਮੀਦਵਾਰ ਮੈਦਾਨ ਦੇ ਵਿੱਚ ਭੇਜ ਦਿੱਤੇ ਆ ਜਿਹੜਾ ਪਹਿਲਾ ਪੂਰ ਸੀਗਾ ਯਾਨੀ ਕਿ ਜਿਹੜੇ ਸਭ ਤੋਂ ਪਹਿਲਾਂ ਉਮੀਦਵਾਰ ਐਲਾਨੇ ਗਏ ਆ ਜਿਹੜੀ ਕਿ ਪਹਿਲੀ ਸੂਚੀ ਸੀ ਉਹਦੇ ਵਿੱਚ ਇੱਕ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਜਿਨ੍ਹਾਂ ਨੇ ਕਿ ਪੰਜਾਬ ਦੇ ਪੰਜਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਰਾ ਨੂੰ ਹਰਾਇਆ ਜਿਨ੍ਹਾਂ ਨੂੰ ਕਿ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਖੇਤੀਬਾੜੀ ਮੰਤਰੀ ਬਣਨ ਦਾ ਮਾਣ ਹਾਸਲ ਹੋ ਗਿਆ ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਇਸ ਕਰਕੇ ਇਸ ਮਹਿਕਮੇ ਦੇ ਉੱਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਫਿਰ ਪਾਰਟੀ ਨੇ ਭਰੋਸਾ ਪ੍ਰਗਟਾਇਆ ਤੇ ਬਠਿੰਡਾ ਤੋਂ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦੇ ਦਿੱਤੀ ਆ ਇਸ ਵੇਲੇ ਉਹ ਆਪਣਾ ਪ੍ਰਚਾਰ ਕਰਦੇ ਜਿਵੇਂ ਕਿ ਬਾਕੀ ਸਾਰੇ ਕਰਦੇ ਆ ਅੱਧ ਪਛਦੀਆਂ ਪਾਰਟੀਆਂ ਨੇ ਹਾਲੇ ਤੱਕ ਨਹੀਂ ਵੀ ਆਪਣੇ ਪੂਰੇ ਪੱਤੇ ਖੋਲੇ ਪਤਾ ਨਹੀਂ ਉਥੋਂ ਕੌਣ ਕਿਹਦੇ ਮੁਕਾਬਲੇ ਦੇ ਵਿੱਚ ਹੋਊਗਾ ਪਰ ਮੇਰੀ ਇੱਕ ਨਿੱਜੀ ਤੌਰ ਤੇ ਬੇਨਤੀ ਹੈ ਵੀ ਸਾਡੇ ਵਿਭਾਗ ਦੇ ਵੀ ਯਾਨੀ ਕਿ ਸਾਡੇ ਭਾਈਚਾਰੇ ਦੇ ਵੀ ਕੁਝ ਕੁ ਲੋਕ ਤੇ ਆਮ ਲੋਕ ਵੀ ਕਈ ਥਾਵਾਂ ਦੇ ਉੱਤੇ ਬਹਿਸ ਦੇ ਤੇ ਸਰਵੇ ਕਰਦੇ ਆ ਕੋਈ ਕਹਿੰਦਾ ਜੀ ਐਤਕੀ ਇਸ ਪਾਰਟੀ ਨੇ ਇੰਨੀਆਂ ਸੀਟਾਂ ਲੈ ਲੈਣੀਆਂ ਕੋਈ ਕਹਿੰਦਾ ਐਤਕੀ ਇਹਨੇ ਇੰਨੀਆਂ ਲੈ ਲੈਣੀਆਂ ਇਹ ਸਾਰਾ ਕੁਝ ਸੁਣ ਕੇ ਮੈਨੂੰ ਇੰਉਂ ਲੱਗਦਾ ਵੀ ਬਿਨਾ ਪਾਣੀ ਤੋਂ ਜਰਾਬਾਂ ਲਾਈ ਫਿਰਦੇ ਆ ਜਿੰਨੀ ਦੇਰ ਤੱਕ ਇਹ ਨਹੀਂ ਪਤਾ ਵੀ ਕੌਣ ਕਿਹਦੇ ਮੁਕਾਬਲੇ ਦੇ ਵਿੱਚ ਖੜਾ ਹੋਊਗਾ ਤੇ ਮੁਕਾਬਲਾ ਕਿਹੋ ਜਿਹਾ ਬਣਨਾ ਹਲੇ ਓਨੀ ਦੇਰ ਤੱਕ ਇਹ ਚੱਲ ਗਿਆ ਤੀਰ ਨਹੀਂ ਤਾਂ ਤੁਕਾ ਸਾਡੇ ਕੋਲੇ ਇਸ ਵੇਲੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਪਹਿਲਾਂ ਕਰਦੇ ਸਵਾਗਤ ਤੇ ਫਿਰ ਕਰਾਂਗੇ ਗੱਲਾਂ ਬਾਤਾਂ ਵੀ ਬਠਿੰਡੇ ਵਿੱਚ ਹੋਈ ਕੀ ਕੀ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਰਨ ਜੀ ਤਰਾਇਮ ਏਸ਼ੀਆ ਦਾ ਸਾਰੇ ਤੁਹਾਡੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਜੀ ਹੌਸਲੇ ਦੇ ਵਿੱਚ ਵੀ ਹੋ ਕਿਰਪਾ ਵਾਹਿਗੁਰੂ ਜੀ ਬਹੁਤ ਚੰਗੀ ਗੱਲ ਆ ਜਿਹੜੇ ਵੀ ਬੰਦੇ ਕੰਮ ਕਰਦੇ ਆ ਰਾਜਨੀਤੀ ਦੇ ਵਿੱਚ ਕੁਝ ਸੋਚ ਕੇ ਆਏ ਆ ਇਹ ਸੋਚ ਕੇ ਵੀ ਅਸੀਂ ਕੰਮ ਕਰਨਾ ਹੈ ਲੋਕ ਪੱਖੀ ਕੰਮ ਕਰਨਾ ਉਹ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਜਿਹੜੇ ਧੂੜ ਦੇ ਵਿੱਚ ਆਪਦਾ ਹੀ ਭਜਾਉਣ ਆਏ ਆ ਤੇ ਫਿਰ ਭਾਈ ਉਹਨਾਂ ਨੂੰ ਲੋਕ ਮੱਥਾ ਟੇਕ ਦਿੰਦੇ ਛੇਤੀ ਕੀ ਤਜਰਬਾ ਕੀ ਆ ਤੁਸੀਂ ਤਾਂ ਜਿਹੜੀ ਪਹਿਲੀ ਸੂਚੀ ਆ ਆਮ ਆਦਮੀ ਪਾਰਟੀ ਦੇ ਤਿੰਨ ਸੂਚੀਆਂ ਦੇ ਵਿੱਚ 13 ਦੇ 13 ਬੰਦੇ ਐਲਾਨੇ ਆ ਪਹਿਲੀ ਸੂਚੀ ਦੇ ਵਿੱਚ ਤੁਸੀਂ ਸੀ ਆਸ ਸੀ ਕਿ ਬਠਿੰਡਾ ਜਿਹਨੂੰ ਕਿਸੇ ਵੇਲੇ ਬਾਦਲ ਪਰਿਵਾਰ ਕੇ ਦਾ ਰਿਹਾ ਜੀ ਕਿ ਸਾਡਾ ਪੈਰਸ ਹੈ ਇਹਨੂੰ ਅਸੀਂ ਪੈਰਸ ਬਣਾ ਦਿੱਤਾ ਹੈ ਉਸ ਥਾਂ ਤੋਂ ਮੁਕਾਬਲਾ ਹੋਊਗਾ ਜਿਹੜਾ ਬਠਿੰਡਾ ਲੋਕ ਸਭਾ ਹੈ ਇਹ ਸਹੀ ਗੱਲ ਆ ਕਿ ਬਹੁਤ ਲੰਮੇ ਸਮੇਂ ਤੋਂ ਸ਼ਰਮਣੀ ਕਾਲੀਦਾਲ ਇਥੋਂ ਗਵਾਈ ਕਰਦਾ ਰਿਹਾ ਤੇ ਪਿਛਲੇ 15 ਵਰਿਆਂ ਤੋਂ ਇੱਕੋ ਪਰਿਵਾਰ ਬੀਬੀ ਹਰ ਸਿਮਰਤ ਜਿਹੜੇ ਉਥੋਂ ਮੈਂਬਰ ਪਾਰਲੀਮੈਂਟ ਬਣੇ ਪਹਿਲੀ ਵਾਰ ਉਹ ਰਣਿੰਦਰ ਸਿੰਘ ਜੀ ਜਿਹੜੇ ਚੋਣ ਲੜ ਰਹੇ ਸੀ ਕਾਂਗਰਸ ਉਹਦੇ ਨਾਲ ਉਹਨਾਂ ਦੀ ਜਿਹੜੀ ਚੋਣ ਹੋਈ ਉਹਦੇ ਚ 120000 ਵੋਟਾਂ ਦੇ ਫਰਕ ਨਾਲ ਜਿੱਤੇ। ਦੂਸਰੀ ਵਾਰ ਜਦੋਂ ਮਨਪ੍ਰੀਤ ਸਿੰਘ ਹੋਰਾਂ ਨਾਲ ਆ ਗਈ ਤੇ 19000 ਦਾ ਫਰਕ ਰਹਿ ਗਿਆ ਸੀ। ਤੀਸਰੀ ਵਾਰ ਫੇਰ ਜਦੋਂ ਕਾਂਗਰਸ ਦੇ ਰਾਜਾ ਬਣੇਗਾਏ ਤੋਂ ਮੇਰੇ ਖਿਆਲ ਇੱਕ ਈਕਸਾਰ ਵੋਟਾਂ ਦਾ ਫਰਕ ਰਹਿ ਗਿਆ ਸੀ। ਤੋਂ ਤਿੰਨ ਵਾਰ ਲਗਾਤਾਰ ਹਰ ਸਿਮਰਤ ਤੋਂ ਮੈਂਬਰ ਪਾਰਲੀਮੈਂਟ ਬਣੇ ਆ। ਔਰ ਕਹਿੰਦੇ ਆ ਵੀ ਸਾਡਾ ਗੜਾ ਇਸ ਲਈ ਮੈਨੂੰ ਜਿਹੜਾ ਅੱਜ ਸਾਡੀ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਕੇਜਰੀਵਾਲ ਹੋਰਾਂ ਵੱਡਾ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਸ ਚੋਣ ਲਈ ਲੜਨ ਲਈ ਆਪਣਾ ਉਮੀਦਵਾਰ ਬਣਾਇਆ ਗਿਆ ਪਰ ਜਦੋਂ ਤੁਹਾਡੇ ਨਾਲ ਗੱਲ ਕੀਤੀ ਹੋਊਗੀ ਵੀ ਇਹ ਸੋਚਿਆ ਪਾਰਟੀ ਨੇ ਕਿ ਭਾਈ ਤੁਸੀਂ ਇਸ ਥਾਂ ਤੋਂ ਚੋਣ ਲੜਨੀ ਆ ਤੁਹਾਡੇ ਮਨ ਦੇ ਵਿੱਚ ਕੋਈ ਟੋਖਲਾ ਜ ਨਹੀਂ ਪੈਦਾ ਹੋਇਆ ਵੀ ਯਾਰ ਹੁਣ ਠੀਕ ਆ ਲੱਭੀ ਤੋਂ ਵਿਧਾਇਕ ਜਦੋਂ ਹੁਣ ਮੰਤਰੀ ਆ ਤੇ ਕਿਸੇ ਹੋਰ ਨੂੰ ਮੌਕਾ ਮਿਲ ਜਾਏ ਮੈਨੂੰ ਰਹਿਣ ਦਿਓ ਇਹ ਨਹੀਂ ਕਿਆ ਮੈਨੂੰ ਤਾਂ ਇਸ ਗੱਲ ਨਾਲ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਵਿਧਾਨ ਸਭਾ ਵਿੱਚ ਬਹੁਤ ਮੇਰੇ ਹਲਕੇ ਦੇ ਲੋਕਾਂ ਨੇ ਵੱਡੀ ਕਿਰਪਾ ਕੀਤੀ ਹੈ ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਪਰ ਕਈ ਵਾਰੀ ਜਿਵੇਂ ਪਾਰਟੀ ਦੀ ਉਹਨਾਂ ਨੇ ਸਮਝਿਆ ਕਿ ਉਸੇ ਪਰਿਵਾਰ ਨਾਲ ਦੁਬਾਰੇ ਚੋਣ ਹੋਊਗੀ ਤੇ ਅਸੀਂ ਤੈਨੂੰ ਇਹ ਚੋਣ ਲੜਾਉਣੀ ਚਾਹੁੰਦੇ ਆ ਤਾਂ ਮੈਂ ਇੱਕ ਪਾਰਟੀ ਦਾ ਸਪਾਈ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਮੈਂ ਉਹਨੂੰ ਹੁਕਮ ਨੂੰ ਮੰਨ ਲਿਆ ਬਗੇ ਮੈਂ ਨਾ ਕਦੇ ਕਦੇ ਸੋਚਦਾ ਹੁੰਨਾ ਵੀ ਰਾਜਨੀਤੀ ਦੇ ਵਿੱਚ ਤਾਂ ਬੜੇ ਤਿੱਖੇ ਤੇ ਤੱਤੇ ਤੇਵਰਾਂ ਵਾਲੇ ਬੰਦੇ ਚੱਲਦੇ ਆ। ਉਹ ਮੈਂ ਨਾ ਵੀ ਪੱਟ ਕੇ ਜੜ ਵਗਾਹ ਮਾਰਾਂਗੇ। ਐ ਖਿੱਚ ਕੇ ਰੱਖ ਦਿਆਂਗੇ। ਐ ਭਾਈਦਾਂ ਨੂੰ ਵਾਣ ਇੱਕੋ ਜੇ ਹੁੰਦੇ ਆ। ਐ ਲੇਰ ਕਢਾ ਦੇਾਂਗੇ। ਐਦਾਂ ਦੀ ਸ਼ਬਦ ਆਮ ਚੱਲਦੇ ਪਰ ਤੁਸੀਂ ਬੜੀ ਠੰਡੀ ਠੰਡੀ ਮੱਠੀ ਮੱਠੀ ਨਿਮਰ ਨਿਮਰ ਗੱਲ ਕਰਦੇ ਆ। ਤੁਹਾਨੂੰ ਨਹੀਂ ਲੱਗਦਾ ਵੀ ਪਾਈ ਅੱਜਕੱਲ ਕਲਿੱਪ ਵਾਇਰਲ ਦੇ ਲਈ ਆਏ ਕੋਕੇ ਜੜ ਦਿਆਂਗੇ। ਐ ਜੜੋਂ ਹੀ ਪੱਟ ਦਿਆਂਗੇ ਐਂ ਜੇ ਕਰਗੇ। ਉਹ ਕਈ ਵਾਰੀ ਜਿਹੜੇ ਬਹੁਤੇ ਕਾਲੇ ਹੁੰਦੇ ਆ ਨੇੜੇ ਮੋੜਿਆ ਹੁੰਦੇ ਆ ਤੋ ਮੇਰੀ ਜਿਹੜੀ ਹੌਲੀ ਹੌਲੀ ਦੀ ਜਿਹੜੀ ਸਪੀਡ ਹੈ ਉਹ ਆਪਦੀ ਮੰਜ਼ਿਲ ਤੱਕ ਪਹੁੰਚਣ ਲਈ ਹਮੇਸ਼ਾ ਸਹੀ ਹੁੰਦੀ ਰਹੀ ਬਹੁਤ ਹੋ ਭਾਈ ਜੀ ਕਦੇ ਸੋਚਿਆ ਸੀ ਕਿ ਪੰਜ ਵਾਰ ਦੇ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਟੱਕਰ ਹੋਈ ਜਿੱਤੋਂਗੇ ਤੁਸੀਂ ਤਰੇ ਇਸ ਗੱਲ ਦਾ ਕਿਆਸ ਲੱਗਾ ਸੀ ਵੀ ਕਦੇ ਸੁਪਨੇ ਦੇ ਵਿੱਚ ਵੀ ਵੀ ਯਾਰ ਇੱਕ ਦਿਨ ਐਸਾ ਆਊਗਾ ਸਵਰਨਜੀ ਇਸ ਗੱਲ ਦਾ ਕਿਉਂਕਿ ਤਾਂ ਲੋਕਾਂ ਦਾ ਫੈਸਲਾ ਹੋਇਆ ਕਰਦਾ ਪਰ ਮੈਨੂੰ ਮਨ ਵਿੱਚ ਇਹ ਜ਼ਰੂਰ ਸੀ ਵੀ ਕਿਸੇ ਨਾ ਕਿਸੇ ਵੇਲੇ ਇਧਰ ਇਸ ਪਰਿਵਾਰ ਨਾਲ ਮੇਰੀ ਜਿਹੜੀ ਚੋਣ ਹੋਵੇ ਉਹਦੇ ਵਿੱਚ ਸਮਾਂ ਵੀ ਦਿੱਤਾ ਜਾਂਦਾ ਸੀ ਮੈਨੂੰ ਆਏ ਵਾਰੀ ਜਵਾਬ ਜਾਂ ਮਿਲ ਜਾਂਦਾ ਸੀ ਜਿਸ ਮੈਂ ਪਾਰਟੀ ਵਿੱਚ ਵੀ ਸੀ ਮੈਨੂੰ ਪਛਾਣ ਜੇ ਕਰ ਦਿੱਤਾ ਜਾਂਦਾ ਸੀ ਉਹ ਮੈਨੂੰ ਤੋਰੀ ਫਿਰਦੇ ਸੀ ਕਾਂਗਰਸ ਦੇ ਵੱਲੋਂ ਕਾਂਗਰਸ ਵੱਲੋਂ ਤੋਂ ਮੈਨੂੰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਉਮਰ ਦੇ ਹੁੰਦੇ ਜਾਂਦੇ ਆ ਹੋ ਸਕਦਾ ਇਹ ਚੋਣ ਲੜਨੋਂ ਹਟ ਜਾਣ ਤੇ ਮੈਨੂੰ ਮੌਕਾ ਨਹੀਂ ਦੇਣਗੇ ਪਰ ਪ੍ਰਮਾਤਮਾ ਨੇ ਬਹੁਤ ਵਧੀਆ ਭੇੜ ਮਲਾਇਆ ਉਹ ਹਟੇ ਹੀ ਨਹੀਂ ਉਹ ਆਏ ਵਾਰੀ ਕਹਿ ਦਿੰਦੇ ਸੀ ਮੇਰੀ ਆਖਰੀ ਚੋਣ ਐਤਕੀ ਦਾ ਵੇਖ ਲੋ ਤੇ ਮੈਂ ਕਿਹਾ ਹੋ ਸਕਦਾ ਆਖਰੀ ਚੋਣ ਮੇਰੇ ਨਾਲ ਵੀ ਲੜ ਕੇ ਜਾਣ ਤਾਂ ਉਦੋਂ ਜਦੋਂ ਮੇਰੇ ਨਾਲ ਉਹਨਾਂ ਦੀ ਚੋਣ ਹੋਈ ਉਹ ਚਾਹੇ ਇੱਕ ਕਾਗਜ਼ਾਂ ਵਿੱਚ ਮੇਰਾ ਖਲ 94 ਚ 95 ਸਾਲਾਂ ਦੇ ਉਸ ਵੱਧ ਸਨ ਉਹਨਾਂ ਦਾ ਜਨਮ ਮੇਰੇ ਖਲ 25 26 ਦਾ ਹੀ ਹੈ 27 ਦਾ ਕਹਿੰਦੇ ਨੇ ਤਾਂ ਸ਼ਿਆਨਮੇ 99 ਸਾਲ ਦੀ ਉਮਰ ਵਿੱਚ ਵੀ ਮੇਰੇ ਨਾਲ ਉਹਨਾਂ ਦੀ ਚੋਣ ਹੋ ਗਈ। ਮੈਨੂੰ ਨਹੀਂ ਪਤਾ ਸੀ ਵੀ ਜਿਹੜੇ ਸਾਡੇ ਹਲਕੇ ਦੇ ਲੋਕ ਬਹੁਤ ਕਿਰਪਾ ਕੀਤੀ ਉਹਨਾਂ ਨੇ ਮੇਰੀ ਬਾਹ ਮੜ ਕੇ ਰੱਖੀ। ਮੇਰੇ ਸਿਰ ਤੇ ਹੱਥ ਬਹੁਤ ਰੱਖਿਆ। ਜਦੋਂ ਚੋਣ ਹੋਣੀ ਸੀ ਉਹ ਤੋਂ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਵੀ ਲੋਕਾਂ ਦੇ ਮਨਾਂ 'ਚ ਕੋਈ 30 32 ਸਾਲ ਦਾ ਵੱਡਾ ਰੋਸ ਵੀ ਹੈ। ਕੋਈ ਸਾਡੇ ਪਰਿਵਾਰ ਨਾਲ ਹਮਦਰਦੀ ਵੀ ਹੈ। ਉਹਨਾਂ ਨੇ ਇੱਕ ਪੂਰੇ ਵੱਡੇ ਉਤਸ਼ਾਹ ਨਾਲ ਆਪ ਲੋਕਾਂ ਨੇ ਜਿਹੜੀ ਚੋਣ ਲੜੀ ਤੇ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਗਏ ਆ। ਹੂੰ। ਔਰ 57 ਚ ਉਹਨਾਂ ਨੇ ਪਹਿਲੀ ਚੋਣ ਲੜ ਲਈ। ਦੋ ਚੋਣਾਂ ਉਹਨਾਂ ਨੇ ਲੜੀਆਂ ਨਹੀਂ। 92 ਦੀ ਨਹੀਂ ਲੜੀ ਤੇ 62 ਦੀ ਨਹੀਂ ਲੜੀ। ਸ਼ਾਇਦ 67 ਚ ਇੱਕ ਵਾਰੀ 35 ਕੋਟਾਂ ਤੇ ਸਰਦਾਰ ਹਰਚੰਨ ਸਿੰਘ ਬਰਾੜ ਤੋਂ ਹਾਰ ਗਏ। 15 ਵਿਧਾਨ ਸਭਾ ਮੈਸੋਲਵੀਂ ਵਿੱਚਾਂ 15 ਦੇ ਵਿੱਚੋਂ ਉਹ 11 ਵਿੱਚ ਗਏ ਆ। ਇੱਕ ਵਾਰੀ ਲੋਕ ਸਭਾ ਦੇ ਮੈਂਬਰ ਵੀ ਬਣੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਗੱਲ ਸੀ ਕਿ ਉਹ ਕਹਿੰਦੇ ਸੀ ਯੂਨੀਵਰਸਿਟੀ ਹੈ ਪੋਲਿਟਿਕਸ ਦੀ ਹੂੰ ਇਹ ਤਾਂ ਲੋਕਾਂ ਨੂੰ ਪੀ ਐਚ ਡੀ ਕਰਾਉਂਦੇ ਆ ਔਰ ਨਾਲੇ ਕਹਿੰਦੇ ਸੀ ਵੀ ਜਿਹਦੇ ਸਿਰ ਤੇ ਹੱਥ ਰੱਖਨਦਾ ਉਹ ਐਮ ਐਲ ਏ ਬਣ ਜਾਂਦਾ ਕਈ ਇਹ ਕਹਿੰਦੇ ਸੀ ਬਾਬਾ ਬੋੜ ਹੈ ਸਿਆਸਤ ਦਾ ਔਰ ਇਸ ਤੋਂ ਇਲਾਵਾ ਕਈ ਕਹਿੰਦੇ ਸੀ ਇਹ ਤਾਂ ਤਨੰਤਰ ਵੈਦ ਆ ਜਿਹੜਾ ਰਾਜਨੀਤੀ ਦਾ ਰੋਗ ਵਿਗੜਿਆ ਹੋਵੇ ਉਹਨੂੰ ਬਾਦਲ ਸਾਹਿਬ ਹੀ ਇਲਾਜ ਕਰ ਸਕਦਾ ਪਰ ਮੈਂ ਸਮਝਦਾ ਐ ਜਿਹੜੀ ਇੱਕ ਹੋਰ ਗੱਲ ਵੀ ਕਹੀ ਜਾਂਦੀ ਸੀ ਦਬ ਦਬਾਸ ਹੀ ਸਾਡੇ ਹਲਕੇ 'ਚ ਪਿਛਲੇ 50 ਸਾਲਾਂ ਤੋਂ 77 ਤੋਂ ਸਾਡੀ ਜਿਹੜੀ ਜਨਰਲ ਸੀਟ ਹੋਈ ਲੰਬੀ ਦੀ 77 ਤੋਂ ਕਦੇ ਇਹਨਾਂ ਦੇ ਭਰਾ ਤੇ ਕਦੇ ਚਾਚੇ ਦੇ ਪੁੱਤ ਉਥੋਂ ਐਮ.ਐਲ.ਏ ਬਣਦੇ ਰਹੇ ਇਸ ਖਾਨਦਾਨ ਦਾ ਉਹਦੇ ਤੇ ਗਵਾਨੇ ਵਾਲੀ ਚੋਣ ਨਹੀਂ ਲੜਿਓ ਰਹਿ ਗਿਆ ਫਿਰ ਪੰਜ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਔਰ 20 25 25000 ਵੋਟਾਂ ਦੇ ਫਰਕ ਨਾਲ ਜਿੱਤਦੇ ਰਹੇ ਕਹਿੰਦੇ ਸੀ ਸਾਡਾ ਗੜ ਇਹ ਸਾਡੀ ਜੱਦੀ ਸੀਟ ਹੈ ਇਹਨੂੰ ਕੋਈ ਵੀ ਨਹੀਂ ਹੱਥ ਪਾ ਸਕਦਾ ਪਰ ਲੋਕਾਂ ਵਿੱਚ ਬੜੀ ਵੱਡੀ ਸ਼ਕਤੀ ਹੁੰਦੀ ਹੈ ਲੋਕ ਰੱਬ ਦਾ ਰੂਪ ਹੁੰਦੇ ਆ ਲੋਕ ਜੇ ਕਿਸੇ ਨੂੰ ਅਸੀਸ ਦੇ ਦੇਣ ਆਸ਼ੀਰਵਾਦ ਦੇ ਦੇਣ ਉਹ ਤਰ ਜਾਂਦਾ ਉਹਦੇ ਵਿੱਚ ਮੈਂ ਮੈਂ ਵੀ ਤਰ ਗਿਆ ਲੋਕ ਇੱਕ ਬਹੁਤ ਵੱਡਾ ਜੱਜ ਆ ਹੂੰ ਜਿਹੜੀ ਅਦਾਲਤ ਲੋਕਾਂ ਦੀ ਆ ਨਾ ਉਹ ਐਡਾ ਵੱਡਾ ਫੈਸਲਾ ਕਰ ਦਿੰਦੀ ਹੈ ਕਈ ਵਾਰੀ ਅਦਾਲਤਾਂ ਵਾਲੇ ਜੱਜ ਸਹਿਮ ਜਾਂਦੇ ਆ ਕਈ ਵਾਰੀ ਪੱਖਪਾਤ ਕਰ ਜਾਂਦੇ ਆ ਪਰ ਲੋਕਾਂ ਦੀ ਤਿੱਖੀ ਨਜ਼ਰ ਹੁੰਦੀ ਹੈ ਉਹਨਾਂ ਨੇ ਤਿੱਖੀ ਨਜ਼ਰ ਹੀ ਰੱਖੀ ਹਮੇਸ਼ਾ ਮੇਰੇ ਤੇ ਵੀ ਰੱਖੀ ਆ ਦੂਸਰਿਆਂ ਤੇ ਵੀ ਤੋ ਉਹਨਾਂ ਦਾ ਕੀਤਾ ਹੋਇਆ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਾਰੀ ਉਮਰ ਦੀ ਜਿਹੜੀ 17 ਸਾਲਾਂ ਦੀ ਰਾਜਨੀਤੀ ਉਹਨੂੰ ਸਵਾਹ ਕਰਕੇ ਉਹਨਾਂ ਦਾ ਅਰਬਾਂ ਖਰਬਾਂ ਰੁਪਈਆ ਉਹਨੂੰ ਸਵਾਹ ਕਰਕੇ ਮੇਰੇ ਵਰਗਾ ਨਮਾਣਾ ਜਿਹਾ ਬੰਦਾ ਵੱਡੇ ਜਰਵਾਨਿਆਂ ਨਾਲ ਲੜਾ ਕੇ ਵਿਧਾਨ ਸਭਾ ਵਿੱਚ ਭੇਜਦਾ ਫਿਰ ਤੁਸੀਂ ਮੰਤਰੀ ਬਣ ਗਏ ਹਾਂ ਮੈਨੂੰ ਇਹ ਮੌਕਾ ਵੀ ਅਚਾਨਕ ਮਿਲਿਆ ਜਾਂ ਜਿਵੇਂ ਕਈ ਬੰਦੇ ਤਾਂ ਲੋਬਿੰਗ ਕਰਦੇ ਹੁੰਦੇ ਆ ਵੀ ਭਾਈ ਮੈਂ ਇੰਨੀ ਵੱਡੀ ਸ਼ਖਸੀਅਤ ਨੂੰ ਹਰਾਇਆ ਮੈਂ ਇੰਨੀ ਵਾਰ ਦਾ ਵਿਧਾਇਕ ਰਿਆ ਮੈਂ ਤੀਜੀ ਵਾਰ ਆ ਮੈਂ ਦੂਜੀ ਵਾਰ ਆ ਮੈਨੂੰ ਮੌਕਾ ਮਿਲਣਾ ਚਾਹੀਦਾ ਮੇਰਾ ਤਜਰਬਾ ਹੀ ਨਾ ਸਵਰਨਜੀ ਇਸ ਲਈ ਮੈਂ ਮੇਰਾ ਜਿਹੜਾ ਪਾਲਣ ਪੋਜੀਸ਼ਨ ਬੜਾ ਸਾਦਾ ਜਿਹਾ ਹੋਇਆ ਹਮ ਇੱਕ ਸਧਾਰਨ ਪਰਿਵਾਰ ਚੋਂ ਰੋਟੀ ਖਾਂਦੇ ਪਰਿਵਾਰ ਚੋਂ ਆ ਮੇਰੇ ਪਿਤਾ ਜੀ ਬਹੁਤ ਮਿਹਨਤੀ ਇਨਸਾਨ ਸਨ ਸਮੇਂ ਨਾਲ ਪਰ ਪੁਰਾਣੇ ਸਮੇਂ ਦੇ ਪੜੇ ਲਿਖੇ ਸੀ ਔਰ ਉਹਨਾਂ ਨੇ ਆਪਣਾ ਜਿਹੜਾ ਸਬਜੈਕਟ ਹੀ ਰਾਜਨੀਤੀ ਚੁਣ ਲਿਆ ਲੋਕਾਂ ਦੀ ਸੇਵਾ ਹਾਲਾਂਕਿ ਉਸ ਵੇਲੇ ਉਹਨਾਂ ਨੂੰ ਚੰਗਾ ਅਫਸਰ ਲਾਉਣ ਦਾ ਤਹਿਸੀਲਦਾਰ ਲਾਉਣ ਦੀ ਕੈਰੋਂ ਸਾਹਿਬ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਵੀ ਸਾਡਾ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜ਼ਿਆਦਾ ਅਟੈਚ ਸਨ ਉਸੇ ਪਾਸੇ ਪੰਥਕ ਸੋਚ ਦੇ ਧਾਰਨੀ ਸਨ ਤੋਂ ਚਾਹੁੰਦੇ ਸੀ ਜਿਹੜੇ ਸਟੂਡੈਂਟ ਆ ਉਸ ਵੇਲੇ ਜਨਰਲ ਸੈਕਟਰੀ ਵੀ ਕਾਲਜ ਚਾਬ ਦੇ ਸਟੂਡੈਂਟ ਕਾਉਂਸਲ ਦੇ ਹੋਇਆ ਕਰਦੇ ਸੀ ਤੋਂ ਉਹਨਾਂ ਨੂੰ ਪਰ ਉਹਨਾਂ ਨੇ ਜਿਹੜੀ ਲੋਕਾਂ ਦੀ ਸੇਵਾ ਰਾਜਨੀਤੀ ਨਹੀਂ ਕਰਨੀ ਸੋਚੀ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਉਹ ਪਿੰਡ ਦੇ ਸਰਪੰਚ ਵੀ ਸਰਬਸੰਮਤੀ ਨਾਲ ਬਣੇ ਉਸ ਜ਼ਿਲ੍ਹੇ ਦੇ ਪ੍ਰਧਾਨ ਵੀ ਸਰਬਸੰਮਤੀ ਨਾਲ ਬਣਦੇ ਰਹੇ ਕਦੇ ਨਿਯੁਕਤ ਨਹੀਂ ਕੀਤੇ ਗਏ ਸੀ ਲੋਕਾਂ ਨੂੰ ਸੱਦ ਕੇ ਉਹ 2-3 ਵਾਰ ਜ਼ਿਲ੍ਹਾ ਮੁਖਸਰ ਦੇ ਅਕਾਲੀ ਦਲ ਦੇ ਪ੍ਰਧਾਨ ਰਹੇ ਉਹ ਬਲਾਕ ਸੰਮਤੀ ਦੇ ਜਦੋਂ ਮੈਂਬਰ ਬਣੇ ਸਾਰਿਆਂ ਨਾਲੋਂ ਵੱਧ ਵੋਟਾਂ ਉਹਨਾਂ ਨੂੰ ਦੋ ਮੈਂਬਰਾਂ ਤੇ ਸਰਪੰਚਾਂ ਚ ਬਈ ਹਾਲਾਂਕਿ ਵਿਰੋਧੀ ਧਿਰ ਵੀ ਕਹਿੰਦੀ ਸੀ ਵੀ ਚੇਅਰਮੈਨਾਂ ਨੂੰ ਬਣਾ ਦਿਓ ਪਰ ਜਥੇਦਾਰ ਜੀ ਇੱਕ ਪਾਰਟੀ ਨਾਲ ਜੁੜੇ ਹੋਏ ਵੀ ਜਿਹਨੂੰ ਪਾਰਟੀ ਚਾਹੁੰਦੀ ਹੈ ਪਾਰਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚਾਚੇ ਦੇ ਪੁੱਤ ਨੂੰ ਬਣਾਉਣਾ ਚਾਹੁੰਦੀ ਸੀ ਉਹਨਾਂ ਨੇ ਕਿਹਾ ਇਹਨਾਂ ਨੂੰ ਬਣਾ ਲਓ emergancy ਦੇ ਖਿਲਾਫ ਵੀ ਲੜਾਈ ਲੜੀ ਔਰ ਜਿੱਥੇ ਵੀ ਲੋਕਾਂ ਦਾ ਜੇ ਉਹਨਾਂ ਨੂੰ ਚੇਅਰਮੈਨ ਮੰਡੀ ਬੋਰਡ ਵੀ ਬਣਾਇਆ ਤਾਂ ਉਹ ਰਾਜਨੀਤੀ ਨਹੀਂ ਲੋਕਾਂ ਦੀ ਸੇਵਾ ਹੀ ਕਰਦੇ ਰਹੇ ਸਾਨੂੰ ਤੁਹਾਨੂੰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਮਾਣ ਹੋਣਾ ਕਿ ਇੱਕ ਚੇਅਰਮੈਨ ਹੈ ਜਿਹੜਾ ਜਿਹਨੂੰ ਮੰਤਰੀ ਦਾ ਰਤਬਾ ਮੰਡੀ ਬੋਰਡ ਦਾ ਔਰ ਆਪਣਾ ਦਾਵਨ ਸਾਫ਼ ਲੈ ਕੇ ਲੋਕਾਂ ਵਿੱਚ ਦੁਬਾਰੇ ਆ ਜਾਣਾ ਤੇ ਲੋਕਾਂ ਨੇ ਉਹਨੂੰ ਗਵਾਹੀ ਦੇਣੀ ਉਹਨਾਂ ਨੂੰ ਬਹੁਤ ਵੱਡਾ ਦਰਜਾ ਜਦੋਂ ਫਿਰ ਆਪਾਂ ਗੱਲ ਕਰਾਂਗੇ ਉਹਦੇ ਵਿੱਚ ਆਉ ਜੋ ਲੋਕਾਂ ਵਿੱਚੋਂ ਦਿੱਤਾ ਗਿਆ ਬਹੁਤ ਬਹੁਤ ਹੋ ਗਈ ਬਠਿੰਡੇ ਦੇ ਵਿੱਚ ਹੁਣ ਲਗਭਗ ਸਾਰੇ ਪੱਤੇ ਖੁੱਲ ਗਏ ਆ ਇੱਕ ਪੱਤੇ ਤੋਂ ਛੁੱਟ ਕੇ ਕਿਉਂਕਿ ਬੀਬੀ ਹਰਸਿਮਰਤ ਕੋਰ ਬਦਲ ਦਾ ਆਫੀਸ਼ਲ ਤੌਰ ਦੇ ਉੱਤੇ ਨਾ ਹਾਲੇ ਤੱਕ ਐਲਾਨਿਆ ਨਹੀਂ ਗਿਆ ਕਦੇ ਚਰਚਾ ਲੱਗਦੀ ਆ ਵੀ ਭਾਈ ਸ਼ਾਇਦ ਉਹ ਫਿਰੋਜ਼ਪੁਰ ਤੋਂ ਚੋਣ ਲੜ ਲੈਣ ਕਦੇ ਚਰਚਾ ਆਉਂਦੀ ਜਿਕੇ ਉਹ ਬਠਿੰਡੇ ਤੋਂ ਹੀ ਚੋਣ ਲੜਨਗੇ ਤੇ ਮੇਰੇ ਧਿਆਨ ਦੇ ਵਿੱਚ ਆ ਲੰਘੇ ਕਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਵੀ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ ਮੈਨੂੰ ਚੋਣ ਲੜਾਈ ਜਾਵੇ ਜਾਂ ਨਾ ਲੜਾਈ ਜਾਵੇ ਪਰ ਮੈਂ ਰਹਿਣਾ ਬਠਿੰਡੇ ਦੇ ਵਿੱਚ ਹੀ ਮਤਲਬ ਇਹ ਆ ਕਿ ਉਹ ਬਠਿੰਡੇ ਤੋਂ ਹੀ ਚੋਣ ਲੜਨਗੀ ਇਸ ਗੱਲ ਦੇ ਅੰਦਾਜ਼ੇ ਲੱਗੇ ਆ ਉਸੇ ਪਰਿਵਾਰ ਦੇ ਨਾਲ ਇੱਕ ਵਾਰ ਫਿਰ ਟੱਕਰ ਆ ਜਿਵੇਂ ਕਿ ਆਪਣੀ ਮੁੱਢ ਦੇ ਵਿੱਚ ਗੱਲ ਹੋਈ ਆ ਹੁਣ ਬਦਲੇ ਉਹ ਹਾਲਾਤ ਕੀ ਲੱਗਦੇ ਆ 2022 ਤੇ 2024 ਦੇ ਵਿੱਚ ਅੰਤਰ ਕੀ ਲੱਗਦਾ ਜਿਹੜਾ ਬੀਬੀ ਹਰਸਿਮਰਤ ਹੋਰਾਂ ਦਾ ਮੈਨੂੰ ਤਾਂ ਪਹਿਲਾਂ ਕਿਹਾ ਹੀ ਗਿਆ ਸੀ ਵੀ ਭਾਈ ਚੋਣ ਉੱਥੇ ਹਰ ਸਿਮਰਤ ਨੇ ਲੜਨੀ ਤੇ ਤੂੰ ਚੱਲ ਕੇ ਲੜ। ਮੈਨੂੰ ਨਹੀਂ ਪਤਾ ਕਿ ਸਾਨੂੰ ਤਾਂ ਇਹ ਕਹਿੰਦੇ ਹੁੰਦੇ ਸੀ ਵੀ ਜਿਹੜੀ ਇਹ ਪਾਰਟੀ ਹੈ ਦਿੱਲੀ ਤੋਂ ਚੱਲਦੀ ਹੈ ਤੇ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਚੱਲਦੀ ਹੈ। ਗੱਲ ਮੈਂ ਪਹਿਲਾਂ ਕਿ ਮੈਨੂੰ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਹੋ ਰਹੇ ਨੇ ਜਿਵੇਂ ਤੁਸੀਂ ਕਿਹਾ ਹੈ ਲੋਬਿੰਗ ਨਹੀਂ ਕੋਈ ਕੀਤੀ। ਲੋਬਿੰਗ ਤਾਂ ਸਵਰਨਜੀ ਮੈਰਾ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਾਦਾ ਜੀਵਨ ਸਾਨੂੰ ਕਰਨੀ ਨਹੀਂ ਆਉਂਦੀ ਜੇ ਕਰਨੀ ਆਉਂਦੀ ਹੁੰਦੀ ਤਾਂ ਹੋ ਸਕਦਾ ਟਿਕਟ ਮੈਨੂੰ ਕਿਤੇ ਪਹਿਲਾਂ ਹੀ ਪਾਰਟੀ ਚੋਂ ਵੀ ਮਿਲ ਜਾਂਦੀ ਹੂੰ ਤਾਂ ਮੈਂ ਤਾਂ ਪਾਰਟੀ ਲਈ ਜਾਂ ਆਪਣੇ ਲੋਕਾਂ ਲਈ ਜਿੰਨਾ ਮੈਥ ਹੋ ਸਕਦਾ ਮੈਂ ਉਹਨਾਂ ਦੀ ਸੇਵਾ ਵਿੱਚ ਤੁਰਿਆ ਫਿਰਦਾ ਰਿਹਾ ਅਤੇ ਜਿਹੜੀ ਮਨਿਸਟਰ ਬਣਨ ਤੋਂ ਬਾਅਦ ਇੱਧਰ ਜਦੋਂ ਤੁਸੀਂ ਕਹਿੰਦੇ ਮਨਿਸਟਰ ਬਣ ਕੇ ਆ ਗਿਆ ਇੱਧਰ ਚੋਣ ਵਾਸਤੇ ਕਿਹਾ ਗਿਆ ਉਦੋਂ ਇਹ ਕਿਹਾ ਜਾਂਦਾ ਸੀ ਵੀ ਹਰ ਸਿਮਰਤ ਚੋਣ ਲੜੂ ਜਿਹੜੇ ਸਾਨੂੰ ਕਹਿੰਦੇ ਸੀ ਨਾ ਦਿੱਲੀ ਤੋਂ ਟਿਕਟੋਂ ਦੀ ਤੇ ਮੈਨੂੰ ਤਾਂ ਪਹਿਲਾਂ ਹੀ ਦੇ ਕੇ ਤੋਰ ਦਿੱਤੀ ਇਹਨਾਂ ਦੇ ਤਾਂ ਘਰੇ ਟਿਕਟ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਘਰੇ ਰਸੋਈ 'ਚ ਆਪਣੇ ਔਰਤਾਂ ਹੁੰਦੀਆਂ ਬੀਬੀ ਹਰਸਿਮਰ ਧੋਰੀ ਚਾਹ ਬਣਾਉਂਦੇ ਹੁਣ ਉਹਨੇ ਚਿਰ 'ਚ ਟਿਕਟ ਕੱਟ ਕੇ ਦੇ ਸਕਦੇ ਕੋਈ ਇੰਨੀ ਔਖੀ ਗੱਲ ਨਹੀਂ ਦੇ ਦੇਣੀ ਚਾਹੀਦੀ ਸੀ ਔਰ ਜਿਹੜਾ ਫੈਸਲਾ ਉਹ ਲੋਕਾਂ ਦਾ ਮੈਂ ਕਿਉਂ ਹਰ ਇੱਕ ਮੁੰਡਾ ਜਿੱਤਣ ਵਰੀ ਲੜਦਾ ਲੋਕਾਂ ਲਈ ਲੜਦਾ ਪਤਾ ਨਹੀਂ ਲੋਕਾਂ ਦੇ ਮਨਾਂ ਵਿੱਚ ਕੀ ਗੱਲ ਆ ਕੀ ਨਹੀਂ ਉਸ ਦਾ ਤਾਂ ਪੜ੍ਹਨਾ ਬਹੁਤ ਔਖਾ ਹੁੰਦਾ ਚਾਹੇ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਦਾ ਬਹੁਤ ਵੱਡਾ ਅਸ਼ੀਰਵਾਦ ਲੋਕਾਂ ਦਾ ਕਿਤੇ ਵੀ ਜਾਣਾਂ ਤਾਂ ਮੈਨੂੰ ਹੌਸਲਾ ਦਿੰਦੇ ਹਾਲਾਂਕਿ ਚਾਹੇ ਉਹ ਅਕਾਲੀ ਪਰਿਵਾਰ ਨੇ ਕਾਂਗਰਸੀ ਪਰਿਵਾਰ ਨੇ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਉਹ ਕਹਿ ਦਿੰਦੇ ਵੀ ਜੱਥੇਦਾਰਾ ਤੇਰਾ ਖਿਆਲ ਜ਼ਰੂਰ ਰੱਖਾਂਗੇ ਤਾਂ ਸਾਡੀ ਪਾਰਟੀ ਦੇ ਜਾਂ ਪੰਜਾਬ ਦੇ ਆਮ ਲੋਕ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਜਿਹੜੀ ਸਰਕਾਰ ਹੈ ਉਹ ਤੋਂ ਚਾਹੇ 2 ਸਾਲ ਦਾ ਸਮਾਂ ਬਹੁਤ ਥੋੜਾ ਹੁੰਦਾ 17 ਸਾਲਾਂ ਦਾ ਜੇ ਕਿ 20 30 ਸਾਲਾਂ ਦਾ ਜ਼ਿਆਦਾ ਵਿਗੜਿਆ ਤਾਣਾ ਬਾਣਾ ਧਾਗਾ ਧਾਗਾ ਸਹੀ ਕਰਨਾ ਬਹੁਤ ਔਖ ਹੈ ਪਰ ਉਹਦੇ ਵਿੱਚ ਦੀ ਲੰਘਦਿਆਂ ਵੱਡੇ ਫੈਸਲੇ ਕਈ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਲਏ ਆ ਪੰਜਾਬ ਦੇ ਲੋਕ ਬਹੁਤ ਵੱਡੀ ਉਹਦੀ ਸਹਾਰਨਾ ਕਰਦੇ ਪਹਿਲਾ ਜਿਹੜਾ ਕਿ ਪੰਜਵਾਂ ਸਾਲ ਆ ਜਾਂਦਾ ਸੀ ਨੌਕਰੀਆਂ ਲੱਗਣ ਲਈ ਤੇ ਉਹ ਲਾਸਟ ਵਿੱਚ ਇਮਤਿਹਾਨ ਲੈ ਲੈਂਦੇ ਸੀ ਅਰਜ਼ੀਆਂ ਲੈ ਲੈਂਦੇ ਲੱਖਾਂ ਕਰੋੜਾਂ ਰੁਪਏ ਨਾਲੇ ਤਾਂ ਜਮ੍ਹਾਂ ਹੋ ਜਾਂਦੇ ਸਨ ਫੀਸਾਂ ਦੇ ਰਾਹੀਂ ਉਹ ਤੋਂ ਬਾਅਦ ਕਈਆਂ ਦਾ ਇਮਤਿਹਾਨ ਹੁੰਦਾ ਕਈਆਂ ਨੂੰ ਨਤੀਜਾ ਮਿਲਦਾ ਕਈਆਂ ਨੂੰ ਨਾ ਮਿਲਦਾ 2-3 ਹਜ਼ਾਰ ਬੰਦਾ ਉਹ ਚਹੇਤੇ ਮਨਿਸਟਰਾਂ ਦੇ ਐਮਐਲਏਾਂ ਦੇ ਅਫਸਰਾਂ ਦੇ ਜਾਂਚਣਾ ਤੋਂ ਮਾਇਆ ਲਈ ਹੁੰਦੀ ਸੀ ਉਹਨਾਂ ਨੂੰ ਮਿਲ ਜਾਂਦੇ ਪਹਿਲੀ ਵਾਰ ਪਹਿਲੇ ਸਾਲ ਕੱਚੇ ਮੁਲਾਜ਼ਮ ਪੱਕੇ ਕਰਨੇ ਜਿਹਦੇ ਵਿੱਚ ਕੋਈ ੜਿੱਕਾ ਨਹੀਂ ਜਿੱਥੇ ਕੋਰਟ ਰਾਹੀਂ ਸਹੀ ਕੁਝ ਹੋ ਰਿਹਾ ਉਹਨਾਂ ਨੂੰ ਨਾਲ ਦੇ ਨਾਲ ਔਰ ਨੌਕਰੀਆਂ ਕੱਢਣੀਆਂ 42 ਹਜ਼ਾਰ ਤੋਂ ਵੱਧ ਜਿਹੜਾ ਅੰਕੜਾ ਟੱਪ ਗਿਆ ਨੌਕਰੀਆਂ ਵਿੱਚ ਜਿਹਦੇ ਵਿੱਚ ਵੱਡੀਆਂ ਤੋਂ ਛੋਟੀਆਂ ਅੱਜ ਜੇ ਵਿਚਾਰੀਆਂ ਕਈ ਆਵਾ ਪੋਚਾ ਲਾਉਂਦੀਆਂ ਫਿਰਦੀਆਂ ਸੀ ਬਾਪ ਰਿਕਸ਼ੇ ਚ ਲਾਉਂਦੇ ਸੀ ਉਹਨਾਂ ਦੀਆਂ ਧੀਆਂ ਜੱਜ ਬਣਣੀਆਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਪਾਰਦਰਸ਼ੀ ਤੇ ਇਮਾਨਦਾਰੀ ਹੈ ਜੇ ਅੱਜ ਡੀਐਸਪੀ ਪੀਸੀਐਸ ਜੇ ਥਾਣੇਦਾਰ ਮੁੰਡੇ ਕੁੜੀਆਂ ਲੱਗਣੇ ਆ ਉਹ ਵੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਤੇ ਪਾਰਦਰਸ਼ੀ ਸਰਕਾਰ ਕਿਤੇ ਇਹੋ ਜਿਹੀ ਹਰਾ ਫੇਰੀ ਨਹੀਂ ਔਰ ਜਿੱਥੋਂ ਤੱਕ ਬੱਚਿਆਂ ਨੂੰ ਵੀ ਮੇਰੇ ਮੈਕ ਮਿਜ ਪਸ਼ੂ ਪਾਲਣ ਵਿਭਾਗ ਦਾ 671 ਜਿਹੜੇ ਮੁਲਾਜ਼ਮ ਮੁਲਾਜ਼ਮਤ ਮਿਲੀ ਹੈ ਜਿਹਦੇ ਚ ਬਹੁਤ ਸਾਰੇ ਡਾਕਟਰ ਵੈਟਰਨਰੀ ਇਨਸਪੈਕਟਰ ਔਰ ਉਹਨਾਂ ਦੇ ਹੋਰ ਸਹਾਇਕ ਕਲਰਕ ਉਹਨਾਂ ਨੂੰ 6 ਕਿਸੇ ਕਿਸੇ ਨੇ ਵੀ ਕੋਈ ਵੀ ਇੱਕ ਇੰਨੇ ਲੋਕਾਂ ਜੋ ਰੋਲਾ ਪੈ ਜਾਂਦਾ ਜਿਵੇਂ ਪਹਿਲਾਂ ਪੈਂਦਾ ਸੀ 35 ਲੱਖ ਚਾਹੀਦਾ 40 ਲੱਖ ਚਾਹੀਦਾ ਫਿਰ ਅਸੀਂ ਕਿਤੇ ਲੱਗ ਸਕਦੇ ਔਰ ਕਿਤੇ ਇਹ ਮੇਰੇ ਕੋਲੇ ਵੀ ਜਦੋਂ ਐਮਐਨ ਨੂੰ ਪੁੱਛਿਆ ਵੀ ਕਿਸੇ ਦੀ ਜੇਬ ਭਾਰੀ ਕਰਨੀ ਪਈ ਕਿ ਨਹੀਂ ਤਾਂ ਉਹ ਕਹਿੰਦੇ ਨਹੀਂ ਜੀ ਠੀਕ ਹੈ ਔਰ ਉਸ ਤੋਂ ਬਾਅਦ ਵੀ 15 16 ਜਿਹਨਾਂ ਦੀ ਪੁਲਿਸ ਰਿਪੋਰਟ ਲੈਣੀ ਹੁੰਦੀ ਹੈ ਰਿਕਾਰਡ ਵੇਖਣਾ ਉਹ ਲੇਟ ਸੀ ਉਹ ਬੱਚੇ ਵੀ ਆਏ ਉਹਨਾਂ ਨੂੰ ਜਦੋਂ ਮੈਂ ਨਿਯੁਕਤੀ ਪੱਤਰ ਦਿੱਤੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਬੇਟਾ ਹੁਣ ਤੁਸੀਂ ਜਾ ਕੇ ਜੁਆਇਨਿੰਗ ਕਰੋਗੇ ਪਰ ਫਿਰ ਵੀ ਤੁਸੀਂ ਦੱਸ ਦਿਓ ਜੇ ਕਿਸੇ ਨੇ ਪੈਸਾ ਤੇ ਲਾ ਲਿਆ ਤਾਂ ਉਹਦਾ ਇੰਤਜ਼ਾਮ ਚਾਹੀਏ ਅਸੀਂ ਵਿਜੀਲੈਂਸ ਨੂੰ ਦੇਈਏ ਤੁਹਾਡੇ ਇਹਨੇ ਥੋੜੇ ਨਾਲ ਜਰਾ ਫਿਰ ਕੀਤੀ ਉਹਨੂੰ ਸਜ਼ਾ ਮਿਲੂਗੀ ਉਹ ਕਹਿੰਦੇ ਨਹੀਂ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਆਈ ਸੋ ਇਹ ਲੋਕਾਂ ਦੀ ਸਰਕਾਰ ਆ ਲੋਕਾਂ ਵਾਸਤੇ ਆ ਸੁਖਬੀਰ ਸਿੰਘ ਬਾਦਲ ਤੁਸੀਂ ਉਹਨਾਂ ਦੀਆਂ ਕਿਤੇ ਪ੍ਰਾਣੀਆਂ ਵੀਡੀਓ ਸੁਣ ਲਓ ਉਹ ਤਾਂ ਜਮਾਨਾ ਵੀਡੀਓ ਦਾ ਉਹ ਕਹਿੰਦਾ ਹੁੰਦਾ ਸੀ ਵੀ ਕੁੰਡੀ ਲਾ ਲੋ ਕੋਈ ਨਹੀਂ ਤੁਹਾਨੂੰ ਰੋਕ ਸਕਦਾ ਹਮ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਪਹਿਲਾਂ ਉਹਨਾਂ ਨੂੰ ਇਹੋ ਜਿਹਾ ਕੰਮ ਕਰਾਈਏ ਫਿਰ ਉਹਨਾਂ ਦੇ ਸਪਾਰਸ਼ ਕਰੀਏ ਫਿਰ ਸਾਡਾ ਲੀਡਰ ਉਹਨਾਂ ਤੇ ਲੱਤ ਰੱਖੇ ਵੀ ਤੁਹਾਡਾ ਅਸੀਂ ਉਸ ਦਿਨ ਕੰਮ ਕਰਾਇਆ ਸਰਦਾਰ ਭਗਵੰਤ ਸਿੰਘ ਮਾਨ ਹੋ ਰਹੇ ਨੇ ਇਹ ਗੱਲ ਸੋਚ ਕੇ ਵੀ ਕੁਝ ਲੋਕ ਬਿੱਲ ਭਰਦੇ ਕੁਝ ਰਹਿ ਜਾਂਦੇ ਇਹਦੀ ਬਜਾਏ ਕਿਉਂ ਨਾ 600 ਜ ਉਹਨੂੰ ਤੇ ਇੱਕ ਪਰਿਵਾਰ ਦੀ ਲੋੜ ਹੈ ਤਾਂ ਉਹ ਇੰਨੀ ਬਿਜਲੀ ਜਿਹੜੀ ਫਰੀ ਕਰ ਦਿੱਤੀਗੀ 70 ਤੋਂ 80% ਲੋਕਾਂ ਨੂੰ ਜਿਹੜਾ 0% ਦਾ 0 ਬਿੱਲ ਆਉਂਦਾ ਔਰ ਜੇ ਮੈਂ ਕਹਾਂ ਸਿਆਲ ਚ ਤਾਂ ਮੇਰੇ ਖਿਆਲ 85 90 ਤੱਕ ਵੀ ਪਹੁੰਚ ਜਾਂਦਾ ਹੋਣਾ ਇਹ ਲੋਕਾਂ ਲਈ ਵੱਡੀ ਸਹੂਲਤ ਹੈ 2 3 4000 5000 ਬਣਦਾ 660 ਉਂਟ ਦਾ 5000 ਤੱਕ ਦੀ ਜੇ ਘਰੇ ਬਚਤ ਹੋ ਗਈ ਆ ਅਸੀਂ ਹੋਰ ਕੋਈ ਜਿਹੜੀ ਸਾਡੇ ਘਰ ਦੀ ਗਰਜ ਆ ਉਹਦਾ ਡੰਗ ਲਾ ਸਕਦੇ ਚਾਹੇ ਨੂਨ ਤੇਲ ਹੀ ਲਿਆਉਣਾ ਹੋਵੇ ਚਾਹੇ ਕਿਸੇ ਬੱਚੇ ਦੀ ਵਰਦੀ ਹੈ ਕਿਸੇ ਦੀ ਫੀਸ ਹੈ ਕੋਈ ਕਰਦਾ ਹੋਰ ਜਿੱਥੇ ਕਬੀਲਦਾਰੀ ਦੀ ਲੋੜ ਹੈ ਬਹੁਤ ਵੱਡੀ ਬਚਤ ਵੀ ਹੈ ਤੇ ਕੇ ਹੀਰਾ ਫੇਰੀ ਰੁਕੀ ਵੀ ਆ ਤੇ ਲੋਕਾਂ ਨੂੰ ਬਰਾਬਰ ਦੀ ਸਾਰਿਆਂ ਨੂੰ ਸੂਲਤ ਦਿੱਤੀ ਗਈ ਪਹਿਲੇ ਮਿੱਤਰ ਪਿਆਰੇ ਸਰਕਾਰਾਂ ਚ ਲਾਉਂਦੇ ਰਹੇ ਬਹੁਤ ਟਾਰਾ ਮਾਰਦੇ ਰਹੇ ਉਹਨਾਂ ਨੇ ਚਾਹੇ ਮਾਰਕਫੈਡ ਸੀ ਚਾਹੇ ਮੰਡੀ ਬੋਰਡ ਸੀ ਬੱਸਾਂ ਦੇ ਅੱਡੇ ਸੀ ਸਰਕਾਰੀ ਬਿਲਡਿੰਗਾਂ ਗਹਿਣੇ ਕਰ ਕਰਕੇ ਪੈਸੇ ਲਈ ਹੂੰ ਕਰਜ਼ਾ ਲਿਆ ਪਰ ਕੋਈ ਨਵੀਂ ਚੀਜ਼ ਨਹੀਂ ਸੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਇੱਕ ਥਰਮਲ ਪਲਾਂਟ ਜਿਹੜਾ 1080 ਕਰੋੜ ਦਾ ਉਹ ਹੁਣੇ ਲਿਆ ਜਿਹੜਾ ਸਰਕਾਰ ਨੇ ਪ੍ਰਾਈਵੇਟ ਇੱਕ ਕੰਪਨੀ ਵੱਲੋਂ ਲਿਆ ਔਰ ਉਹ ਵੀ ਤੁਹਾਨੂੰ ਅਸਲੀਅਤ ਦਾ ਪਤਾ ਵੀ ਉਹਨਾਂ ਨੂੰ 16-1700 ਕਰੋੜ ਰੁਪਏ ਪਹਿਲਾਂ ਪਹਿਲੀ ਸਰਕਾਰ ਨੇ ਉਹ ਹੀ ਦਿੱਤਾ ਚਲਾਉਣ ਵਾਸਤੇ ਜੀ ਬਿਜਲੀ ਨੇ ਲਈ। ਹੂੰ ਬਿਜਲੀ ਲੈਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਨਾਲ ਇਹੋ ਜਿਹਾ ਲਿਖਤ ਪੜਤ ਕੀਤੀ ਹੈ, ਸਮਝੌਤੇ ਕੀਤੇ ਆ ਚਾਹੇ ਰਾਜਪੁਰੇ ਵਾਲਾ ਤੇ ਚਾਹੇ ਬਣਾਵਾਲੀ ਵਾਲਾ ਤਲਵੰਡੀ ਸਾਬੋ ਵਾਲਾ। ਉੱਥੇ ਜੇ ਅਸੀਂ ਤੁਹਾਨੂੰ ਬਿਜਲੀ ਨਾਂ ਵੀ ਲਵਾਵਾਂਗੇ ਕਹਿੰਦੇ ਅਸੀਂ ਤੁਹਾਨੂੰ ਉਹਦਾ ਰੈਂਟ ਜ਼ਰੂਰ ਦਿੰਦੇ ਰਵਾਂਗੇ। ਜਿਹਦੇ 'ਚ ਪਿਛਲੇ ਸਾਲਾਂ 'ਚ 4600 ਕਰੋੜ ਰੁਪਇਆ ਉਹਨਾਂ ਵੱਲ ਗਿਆ। ਹੂੰ ਤੇ 250 ਕਰੋੜ ਰੁਪਏ ਦੀ ਬਿਜਲੀ ਜਿਹੜੀ ਵਰਤੀ ਗਈ 1800 ਕਰੋੜ ਉਹਨਾਂ ਨੂੰ ਵੈਸੇ ਹੀ ਦਿੱਤਾ ਗਿਆ ਬਿਜਲੀ ਵਰਤ ਨਾ ਸਕੇ ਇਹ ਭਗਵੰਤ ਸਿੰਘ ਮਾਨ ਹੈ ਜੀਨੇ ਟਿਊਬਵੈਲਾਂ ਦੀ ਬਿਜਲੀ 8 ਘਟਿਆਂ ਦੀ ਬਜਾਏ 12 12 13 13 ਘੰਟੇ ਦਿੱਤੀ ਵੀ ਆਪਾਂ ਨੂੰ ਤਾਂ ਬਿਜਲੀ ਲੈਣੀ ਆ ਉੱਥੇ ਬਿਜਲੀ ਕਿਉਂ ਰਵੇ ਉਹਨਾਂ ਨੂੰ ਤਾਂ ਪੈਸੇ ਦੇਣੇ ਆ ਲੋਕਾਂ ਨੂੰ ਪੂਰੀ ਸਹੂਲਤ ਦਿੱਤੀ ਗਈ ਉਸ ਤੋਂ ਬਾਅਦ ਇੰਨਾ ਮਹੀਨਿਆਂ ਚ ਕਣਕ ਨੂੰ ਪਾਣੀ ਲਾਉਣ ਵਾਸਤੇ ਉਹ ਕਿਉਂ ਕਿਉਂ ਜ਼ਿੰਮੇਵਾਰ ਕਿਉਂ ਮਜ਼ਦੂਰ ਰਾਤ ਨੂੰ ਖੇਤਾਂ ਵਿੱਚ ਜਾਵੇ ਜੇ ਲੋਕ ਦਿਨੇ-ਦਿਨੇ ਕੰਮ ਕਰਕੇ ਹੁੰਦੇ ਤੇ ਦਿਨੇ ਬਿਜਲੀ ਹੋਊਗੀ ਔਰ ਵੱਡੀਆਂ ਸਹੂਲਤਾਂ ਇਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਦਿੱਤੀਆਂ ਇਹਦਾ ਲੋਕ ਬਹੁਤ ਸਹਿਾਰਨਾ ਕਰਦੇ ਆ ਵੈਸੇ ਹਰ ਇੱਕ ਵਰਗ ਸਧਾਰਨ ਤੌਰ ਤੇ ਸੁਖੀ ਹੈ ਜਿਹੜੀ ਸਾਡੀ ਆਲੋਚਨਾ ਕਰਨ ਵਾਲੇ ਲੋਕ ਆ ਉਹਨਾਂ ਨੇ ਕਰਦੇ ਹੀ ਰਹਿਣਾ ਹਟਣਾ ਨਹੀਂ ਜਿੰਨਾ ਮਰਜ਼ੀ ਹੋਵੇ ਉਹਦੇ ਚ ਬਹੁਤ ਸਾਰੀਆਂ ਟੀਮਾਂ ਚਾਹੇ ਸੋਸ਼ਲ ਮੀਡੀਆ ਦੀ ਹੋਣ ਕੁਝ ਪੱਤਰਕਾਰ ਭਰਾ ਵੀ ਉਸ ਬਾਦੇ ਹੋਇਆ ਕਰਦੇ ਆ ਤੇ ਕੁਝ ਨਾ ਕੁਝ ਜਿਹੜੇ ਲੀਡਰਾਂ ਦਾ ਉਹਨਾਂ ਨੇ ਤਾਂ ਖੈਰ ਉਹਨਾਂ ਦਾ ਫਰਜ਼ ਹੈ ਉਹਨਾਂ ਨੇ ਹਮੇਸ਼ਾ ਸਾਡੀ ਆਲੋਚਨਾ ਕਰਨੀ ਆ ਸੀ ਕੋਈ ਵੀ ਚੰਗਾ ਕੰਮ ਕਰਦੀ ਅਸੀਂ ਥਰਮਲ ਪਲਾਂਟ ਲਿਆ ਤੋਂ ਇੱਕ ਲੀਡਰ ਕਹਿਣ ਲੱਗਿਆ ਜੀ ਇਹ ਦੇ ਸਰਕਰਜਾ ਕੁਝ ਵੀ ਨਹੀਂ ਸਾਰੇ ਕੁਝ ਉਹਦੇ ਤੋਂ ਪਾਸੇ ਕਰਕੇ ਉਹਨੂੰ ਇੰਨੇ ਦਾ ਆਪਣਾ ਉਹਦੇ ਚ ਮੇਰਾ ਖਿਆਲ 600 ਏਕੜ ਜ਼ਮੀਨ ਵੀ ਹੈ ਤੋਂ ਜਿਹੜੀ ਦੂਸਰੇ ਬੰਦਿਆਂ ਨੇ ਸਾਡੀ ਆਲੋਚਨਾ ਕਰਨੀ ਹੈ ਤੇ ਕਰਦੇ ਰਹਿਣਗੇ ਮੁਬਾਰਕ ਪਰ ਖੁੜੀਆ ਸਾਹਿਬ ਇਸ ਵੇਲੇ ਜਦੋਂ ਬਠਿੰਡੇ ਦਾ ਚੋਣ ਦੰਗਲ ਪੰਜਾਬ ਦੇ ਬਾਕੀ ਦੰਗਲਾਂ ਤੋਂ ਵੱਧ ਭਖਿਆ ਤੇ ਇਹ ਗੱਲ ਸੱਚੀ ਹੈ ਵੀ ਪੰਜਾਬ ਦੇ ਭਾਵੇਂ ਤੀਰਾਂ ਹਲਕੇ ਆ ਪਰ ਸਭ ਦਾ ਧਿਆਨ ਬਠਿੰਡੇ ਵਾਲੇ ਤੇ ਕਹਿ ਰਹਿਦਾ ਜਿਵੇਂ ਵਿਧਾਨ ਸਭਾ ਵਿੱਚ ਟਕੈ ਰਹਿੰਦਾ ਵੀ ਲੰਬੀ ਤੇ ਜਲਾਲਾਬਾਦ ਚ ਕੀ ਹੋ ਪਟਿਆਲੇ ਚ ਕੀ ਹੋ ਕੈਪਟਨ ਪਰਿਵਾਰ ਦਾ ਕੀ ਬਣੂ ਫਲਾਣੀ ਥਾਂ ਤੇ ਕੀ ਹੋ ਇਦਾਂ ਹੁਣ ਤੁਸੀਂ ਉੱਥੇ ਮੁਕਾਬਲਾ ਬਠਿੰਡੇ ਵਿੱਚ ਆਪਣਾ ਹਰਸਮਰਤ ਕੌਰ ਬਾਦਲ ਨਾਲ ਮੰਨੋਗੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਲ ਵੱਡੀ ਟੱਕਰ ਮੰਨਦੇ ਹੋ ਪਰਮਪਾਲ ਕੌਰ ਨਾਲ ਮੰਨੋਗੇ ਲੱਖਾ ਸੁਧਾਣਾ ਨਾਲ ਮੰਨੋਗੇ ਜਾਂ ਤੁਸੀਂ ਕਿਹਨੂੰ ਮੰਨਦੇ ਵੀ ਮੇਰਾ ਹੁਣ ਇਹਦੇ ਨਾਲ ਭੇਡ ਵਖਰਾ ਮੈਂ ਕਮਜ਼ੋਰ ਕਿਸੇ ਵੀ ਸਾਥੀ ਨੂੰ ਨਹੀਂ ਸਮਝਦਾ ਸਾਰਿਆਂ ਨੂੰ ਮੁਬਾਰਕ ਹੈ ਹਰ ਇੱਕ ਦਾ ਹੱਕ ਹੈ ਚੋਣ ਲੜਨਾ ਲੋਕਾਂ ਤੋਂ ਫਤਵਾ ਲੈਣਾ ਲੋਕਾਂ ਦੀ ਇਹ ਉਹ ਆਪਣੇ ਮਨਾਂ ਦੀ ਗੱਲ ਹੈ ਉਹ ਕਿਸ ਤੇ ਆ ਕੇ ਕਰਦੇ ਆ ਪਰ ਜਿਵੇਂ ਤੁਸੀਂ ਕਿਹਾ ਵੀ ਨਜ਼ਰਾਂ ਹੁੰਦੀਆਂ ਕਿਸੇ ਵੇਲੇ ਲੰਬੀ ਤੇ ਸੀ ਜਲਾਲਾਬਾਦ ਸੇ ਜਲਾਲਾਬਾਦ ਤੇ ਔਰ ਨਾਲ ਹੀ ਪਟਿਆਲਾ ਨਜ਼ਰਾਂ ਜ਼ਰੂਰ ਮਠੰਡੇ ਤੇ ਆ ਮੈਂ ਪੂਰਾ ਮੇਰਾ ਦਿਲ ਮੰਨਦਾ ਹੈ ਵਿਸ਼ਵਾਸ ਨਾਲ ਕਹਿ ਸਕਦਾ ਉਹੀ ਕੁਛ ਹੋਊ ਜਿਹੜਾ ਲੰਬੀਚ ਹੋਇਆ ਸੀ ਉਹੀ ਕੁਛ ਹੋਊ ਜਿਹੜਾ ਜਲਾਲਾਬਾਦ ਹੋਇਆ ਸੀ ਤੇ ਉਹੀ ਕੁਛ ਹੋਊ ਜਿਹੜਾ ਪਟਿਆਲੇ ਚ ਹੋਇਆ ਸੀ ਹੂੰ ਪੂਰੇ ਹੌਸਲੇ ਚ ਹੌਸਲਾ ਜੀ ਜਦੋਂ ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ 15 ਸਾਲ ਦਾ ਲੇਖਾ ਜੋਖਾ ਵੀ ਲੋਕ ਲੈ ਕੇ ਆਉਂਦੇ ਹੋਣੇ ਤੁਹਾਨੂੰ ਤਾਂ ਹੁਣ ਉੱਥੋਂ ਨੇ ਮੇਰੇ ਖਾਲੇ ਵੀ ਕੱਲੇ ਕੱਲੇ ਪਿੰਡ ਦੇ ਬਾਰੇ ਵੱਧ ਗਿਆਨ ਹੋਣਾ ਸਾਨੂੰ ਤਾਂ ਉਹਨਾਂ ਨਹੀਂ ਆ ਬਠਿੰਡੇ ਦੇ ਸਾਰੇ ਪਿੰਡਾਂ ਦੇ ਬਾਰੇ ਪਰ ਲੋਕ ਕੀ ਕੀ ਗੱਲ ਕਹਿੰਨੇ ਵੀ ਭਾਈ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਵੀ ਆਈਆਂ ਉਹਨਾਂ ਨੇ ਬਠਿੰਡੇ ਨੂੰ ਸੱਚੀ ਮੁੱਚੀ ਕੁਝ ਬਣਾ ਦਿੱਤਾ ਜਸ ਸਰ ਕੀ ਬਾਜ਼ਾਰ ਅੱਜ ਵੀ ਡੁੱਬਦਾ ਜਿਵੇਂ ਪਹਿਲਾਂ ਡੁੱਬ ਜਾਂਦਾ ਸੀ ਜੇ ਤਾਂ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਉਹੀ ਹਾਲ ਹੈ ਹੂੰ ਠੀਕ ਹੈ ਡਿਵੈਲਪਮੈਂਟ ਹੋਈ ਹੈ ਸਮੇਂ ਦੀ ਲੋੜ ਵੀ ਹੈ ਜੇ ਉੱਥੇ ਬ੍ਰਿਜ ਬਣੇ ਨੇ ਉੱਥੇ ਹੋਰ ਹੈ ਕੁਝ ਡਿਵੈਲਪਮੈਂਟ ਉਹਦੇ ਵਿੱਚ ਕਿਤੇ ਵੀ ਸਾਡਾ 60 ਸਾਲਾਂ ਦਾ ਤਾਣਾ ਬਣਾ ਤੇ ਅਸੀਂ ਉਹ ਲੋਕਾਂ ਲਈ ਕੁਝ ਕਰਨਾ ਹੀ ਹੈ ਸਰਕਾਰ ਲੋਕਾਂ ਦੇ ਪੈਸੇ ਨਾਲ ਚੱਲਦੀ ਹੈ ਤਾਂ ਵਾਪਸ ਆ ਕੇ ਪੈਸਾ ਲੋਕਾਂ ਤੇ ਲੱਗਦਾ ਇਦੇ ਚ ਜਿਵੇਂ ਬੀਬੀ ਹਰਸਿਮਰਤ ਕੋਈ ਉਹਦੇ ਕੋਲੇ ਖੇਡ ਨਾ ਰਹਿ ਗਿਆ ਵੀ ਮੈਂ ਏਮਜ਼ ਲੈ ਕੇ ਆਂਦਾ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਲਿਆਉਣਾ ਚਾਹੀਦਾ ਸੀ ਜੋ ਵੀ ਹੈ ਮੇਰੀਆਂ ਵੀ ਜੋ ਡਿਊਟੀਆਂ ਲੱਗਣੀਆਂ ਮੈਂ ਕਰਨੀਆਂ ਔਰ ਮੈਂ ਵੀ ਕੀਤੀਆਂ ਤੇ ਕਰਨੀਆਂ ਚਾਹੀਦੀਆਂ ਨੇ 15 ਸਾਲ ਬੀਬੀ ਨੂੰ ਪਾਰਲੀਮੈਂਟ ਦੇ ਮੈਂਬਰ ਬਣੇ ਨੂੰ ਤਕਰੀਬਨ 18 ਸਾਲ ਬਾਪੂ ਜੀ ਚੀਫ ਮਿਨਿਸਟਰ ਰਹੇ ਮੇਰਾ خیال 3-4 ਸਾਲ ਸਰਦਾਰ ਸੁਖਬੀਰ ਸਿੰਘ ਬਾਦਲ ਸੈਂਟਰ ਵਿੱਚ ਮੰਤਰੀ ਰਹੇ ਉਹਨੇ ਤੇ 6-7 ਸਾਲ ਮੇਰਾ ਖਲ ਹਰ ਸਿਮਰਤ ਹੋਰੀ ਵੀ ਰਹੇ ਆ ਇਹ ਤਾਂ ਜਿਹੜਾ ਆਪ ਹੀ ਇਹਨਾਂ ਨੇ ਜਿਹੜੀ ਜਨੀ ਇਹਨਾਂ ਦੀ ਨੀਤ ਹੈ ਜਿਹੜੀ ਇਹਨਾਂ ਦੀ ਨੀਤੀ ਹੈ ਉਸ ਮੁਤਾਬਕ ਇਹਨਾਂ ਨੇ ਆਪਾ ਦੱਸਦਾ ਸੀ ਇਹਨਾਂ ਨੇ ਜਦੋਂ મોદી ਨੇ ਕਿਸਾਨਾਂ ਤੇ ਕਾਲੇ ਕਾਨੂੰਨ ਲਾਉਣੇ ਜਿਹੜੇ ਸ਼ੁਰੂ ਕਰੇ ਉਹਦੇ ਵਿੱਚ ਇਹਨਾਂ ਨੇ ਉਹਦੀ ਗਵਾਹੀ ਪੂਰੀ ਸਮਰਥਨ ਦਿੱਤਾ ਤਾ ਕਰਕੇ ਜਦੋਂ ਇੱਥੇ ਵਿਰੋਧ ਹੋਇਆ ਵਿਰੋਧ ਹੋਇਆ ਇਹ ਸਰਕਾਰ ਦੇ ਖਿਲਾਫ ਇੱਕ ਅੱਧੀ ਗੱਲ ਕਰਦੇ ਮੋਦੀ ਹੋਰਾਂ ਨੇ ਅਸਤੀਫਾ ਮੰਗ ਲਿਆ ਅਸਤੀਫਾ ਦਿੱਤਾ ਦੁੱਤਾ ਕੋਈ ਨਹੀਂ ਕੋਈ ਕੁਰਬਾਨੀ ਗੁਰਬੂਨੀ ਨਹੀਂ ਕੁਰਬਾਨੀ ਹੁੰਦੀ ਤਾਂ ਪਹਿਲੇ ਦਿਨ ਦਿੰਦੇ ਵੀ ਇਹ ਕੀ ਕੁਝ ਹੋ ਰਿਹਾ ਸੋ ਉਸ ਤੋਂ ਵੀ ਲੋਕਾਂ ਨੂੰ ਕਿਉਂਕਿ ਲੋਕ ਪੰਜਾਬ ਦੇ ਕਦੇ ਭੁੱਲਦੇ ਨਹੀਂ ਹੁੰਦੇ ਲੋਕ ਪੰਜਾਬ ਦੀ 1 ਜੂਨ ਨੂੰ ਓਟਾ ਬੈਣੀਆ ਲੋਕ 1 ਜੂਨ ਨੂੰ ਵੀ ਨਹੀਂ ਭੁੱਲਣਗੇ ਚਾਹੇ ਕੋਈ ਵੀ ਕੈਂਡੀਡੇਟ ਕਿਸੇ ਦਾ ਹੋਵੇ ਇਹ ਲੋਕਾਂ ਨੇ ਵੱਡਾ ਫੈਸਲਾ ਆਪਣੇ ਦਿਲਾਂ ਨਾਲ ਕਰਨਾ ਹੁੰਦਾ ਹੈ ਹਰ ਸਿਮਰਤ ਹੋਰਾਂ ਨੇ ਜੇ ਥੋੜਾ ਮੋਟਾ ਬਠਿੰਡੇ ਲਈ ਕਰ ਦਿੱਤਾ ਆਨ ਉਹਨਾਂ ਨੂੰ 15 ਸਾਲ ਮੈਂਬਰ ਪਾਰਲੀਮੈਂਟ ਬਣਾਇਆ 75 ਕਰੋੜ ਰੁਪਈਆ ਬਣਦਾ ਹੂੰ 75 ਕਰੋੜ ਰੁਪਈਆ ਦਾ ਲੇਖਾ ਦੱਸ ਦੇਣ ਵੀ ਕਿਤੇ ਲਾਇਆ ਹੋਵੇ ਤੇ ਚਾਣਲ ਹੋਇਆ ਹੋਊਗਾ ਵੀ ਇਹ ਮੇਰੇ ਕਰਕੇ ਹੋਇਆ ਹੈ ਔਰ ਨਾਲ ਹੀ ਇਹਨਾਂ ਨੇ ਇੱਕ ਐਮਪੀ ਰੱਖਿਆ ਸੀ ਸਰਦਾਰ ਬਲਵਿੰਦਰ ਸਿੰਘ ਪੁੰਦੜ 18 ਸਾਲ ਉਹਨਾਂ ਨੂੰ ਰਾਜ ਸਭਾ ਦੇ ਹੂੰ hmm. 108 ਕਰੋੜ ਰੁਪਏ ਉਹਨਾਂ ਦੇ ਸੀ ਸਾਡਾ 200 ਕਰੋੜ ਰੁਪਏ ਨਾਲ ਬਠਿੰਡੇ ਦੀ ਕਾਇਆ ਕਲਪ ਹੋ ਜਾਣੀ ਸੀ ਉਹੀ ਅਜੇ ਕਹੀ ਜਾਂਦੇ ਯਾਰ ਖਾਲ ਬਣਨ ਵਾਲੇ ਆ ਉਹੀ ਕਹਿੰਦੇ ਸਾਡੇ ਪਾਈ ਪੰਪ ਪਵਾ ਦਿਓ ਉਹੀ ਸੜਕਾਂ ਦੀ ਗੱਲ ਕਰੀ ਜਾਂਦੇ ਆ ਜਿੰਨਾ ਵੀ ਪਿੰਡਾਂ ਵਿੱਚ ਜਾਂਦੇ ਆਪਣੇ ਆਪਣੇ ਨੇੜਿਆਂ ਦਾ ਬਹੁਤ ਵੱਡੇ ਮੋਗੇ ਵੀ ਰਿਸ਼ਤੇਦਾਰਾਂ ਦੇ ਲਾ ਕੇ ਕੱਸੀਆਂ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੋਂ ਇਸ ਲਈ ਲੋਕ ਉਸ ਦਾ ਲੇਖਾ ਜੋਖਾ ਮੰਗਣਗੇ ਤੇ ਮੰਗਣਾ ਚਾਹੀਦਾ ਹੈ ਕਦੇ-ਕਦੇ ਖੁਡੀਆਂ ਸਭ ਇਸ ਗੱਲ ਦਾ ਥੋੜੇ ਬੰਦਾ ਸੋਚਾਂ ਵਿਚਾਰਾਂ ਦੇ ਵਿੱਚ ਡੁੱਬ ਜਾਂਦਾ ਜਿਵੇਂ ਕਿ ਮੈਂ ਬੈਠਾ ਹੋਵਾਂ ਤੇ ਬੰਦਾ ਕਹਿੰਦਾ ਵੀ ਯਾਰ ਇੰਉਂ ਹੈ ਤੇ ਜੇ ਇੰਉਂ ਹੋ ਗਿਆ ਤਾਂ ਫਿਰ ਕਿਤੇ ਇੰਉਂ ਨਾ ਹੋ ਜੇ ਜਦੋਂ ਹੁਣ ਤੁਸੀਂ ਜੇ ਮੰਨ ਲਓ ਤੁਹਾਡੇ ਉੱਤੇ ਵੋਟਰਾਂ ਨੇ ਬਹੁਤ ਭਰੋਸਾ ਪ੍ਰਗਟਾ ਕੇ ਤੁਹਾਨੂੰ ਜਿਤਾ ਦਿੱਤਾ ਤਾਂ ਮਨ ਦੇ ਵਿੱਚੇ ਤਾਂ ਗੱਲ ਆਉਂਦੀ ਹੋਣੀ ਵੀ ਯਾਰ ਹੁਣ ਖੇਤੀਬਾੜੀ ਮੰਤਰੀ ਆ ਵੀ ਯਾਰ ਫਿਰ ਆਪਾਂ ਨੂੰ ਲੋਕ ਸਭਾ 'ਚ ਜਾਣਾ ਪੈਣਾ ਤੇ ਇਥੋਂ ਵਾਲਾ ਰੁਤਬਾ ਵੀ ਬੜਾ ਮਹੱਤਵਪੂਰਨ ਆ ਕਦੇ-ਕਦੇ ਇਹ ਵੀ ਖਿਆਲ ਆਉਂਦਾ ਕਿ ਨਹੀਂ ਸਵਰਨਜੀ ਮੈਂ ਕੁਝ ਵੀ ਨਹੀਂ ਹੁੰਦਾ ਸੀ ਹੂੰ ਉਸ ਸਾਲ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਵੀ ਰਹਾ ਕਾਂਗਰਸ ਪਾਰਟੀ ਪਰ ਨੂੰ ਇਹਦੇ ਚ ਮੈਂ ਪਹਿਲਾਂ ਵੀ ਕੁਝ ਨਹੀਂ ਹੁੰਦਾ ਸਪੀਅਰ ਵੀ ਮੈਂ ਲੋਕਾਂ ਲਈ ਥੋੜਾ ਮੋਟਾ ਜਿਹੜਾ ਸੋਚਣ ਦਾ ਫਰਜ਼ ਆ ਸੋਚਦਾ ਰਹਿੰਦਾ ਸੀ ਮੈਨੂੰ ਨਹੀਂ ਪਤਾ ਸੀ ਮੈਂ ਕਦੇ ਲੰਬੀ ਦਾ ਐਮਐਲਏ ਵੀ ਹਾਂ ਮੈਂ ਪੰਜਾਬ ਦੀ ਸਰਕਾਰ ਵਿੱਚ ਮੰਤਰੀ ਵੀ ਹਾਂ ਅਸੀਂ ਤਾਂ ਸਧਾਰਨ ਜੇ ਘਰਾਂ ਦੇ ਜੰਮੇ ਜਾਏ ਆ ਤੇ ਮੰਤਰੀ-ਮੰਤਰੀ ਸਲੂਟ ਪੈਂਦੇ ਤਾਂ ਹੋਰ ਤਰ੍ਹਾਂ ਦੀਆਂ ਗੱਲਾਂ ਹੀ ਲੱਗਦੀਆਂ ਆਪਣੇ ਆਪ ਨੂੰ ਪਰ ਜਿੱਥੇ ਵੀ ਕੋਈ ਡਿਊਟੀ ਹੈ ਉਸ ਨੂੰ ਬੰਦਾ ਇਮਾਨਦਾਰੀ ਨਾਲ ਲਵਾ ਦੇ ਤੋ ਉਹਦਾ ਜੀਵਨ ਸਫਲ ਹੈ ਜੇ ਮੈਂ ਮੈਂਬਰ ਪਾਰਲੀਮੈਂਟ ਬਣਦਾ ਤੇ ਮੇਰਾ ਫਰਜ ਹੈ ਮੈਂ 13 ਮੈਂਬਰਾਂ ਨੂੰ ਅਸੀਂ ਕਹਿੰਨੇ ਸਾਡੀ ਪਾਰਟੀ ਦੇ ਜਿੱਤਣਗੇ ਪਰ ਜੇ ਕਿਤੇ ਹੋਰ ਦਾ ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰ ਕਿ ਪੰਜਾਬ ਸਾਡਾ ਹੈ ਪੰਜਾਬ ਦੀ ਕੋਈ ਗੱਲ ਅਸੀਂ ਇਕੱਠੇ ਰਲ ਕੇ ਲੜੀਏ ਪੰਜਾਬ ਨਾਲ ਤੱਕੇ ਹੁੰਦੇ ਆ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਉੱਥੇ ਮੇਰਾ ਜੀਵਨ ਆ ਜਿਹੜਾ ਤੁਸੀਂ ਜਾਣਦੇ ਹੋ ਅਸੀਂ ਤਾਂ ਨੀਵੇਂ ਹੋ ਕੇ ਚੱਲਨੇ ਆ ਪਰ ਕਿਸੇ ਅੱਗੇ ਨੀਵੀ ਨਹੀਂ ਪਾਈ ਆਪ ਦੀ ਪੰਜਾਬ ਦੀ ਲੜਾਈ ਪੂਰੀ ਅਣਖ ਨਾਲ ਲੜੂੰਗਾ। ਔਰ ਆਪਦੇ ਹਲਕੇ ਦੀ ਗੱਲ, ਆਪਦੇ ਹਲਕੇ ਦੀ ਡਿਵੈਲਪਮੈਂਟ ਦੀ ਗੱਲ, ਆਈ ਹੋਈ ਗ੍ਰਾਂਟ ਸਹੀ ਥਾਂ ਤੇ ਲੋਕਾਂ ਤੇ ਲਾ ਕੇ ਉਹਨਾਂ ਲਈ ਸੁੱਖ ਸਹੂਲਤ ਪੈਦਾ ਕਰੂੰਗਾ। ਦੂਜੀ ਗੱਲ ਕਿ ਮੰਤਰੀ ਮੰਤਰੀ ਹੋ ਕੇ ਵੀ ਤੁਸੀਂ ਵੇਖਿਆ ਮੈਨੂੰ 1 ਸਾਲ ਹੋ ਜੂਗਾ 1 ਜੂਨ ਨੂੰ ਜਿਹੜੇ ਦਿਨ ਮੈਂ ਆਪਣਾ ਮਹਿਕਮਾ ਸੰਭਾਲਿਆ ਸੀ ਤੋਂ ਉਦੋਂ ਲੈ ਕੇ ਪਾਸੇ ਵੋਟਾਂ ਬਹਿ ਰਹੀਆਂ। ਜੀ ਜੇ ਜੇ ਮੇਰਾ ਨਾ ਇੱਕ ਤੋਂ ਮੰਤਰੀ ਲਾ ਲੋਗ 9 10 ਮਹੀਨੇ ਕੰਮ ਕਰਨ ਦਾ ਹੁਣ ਉਸ ਤੋਂ ਬਾਅਦ ਇਧਰਲੇ ਪਾਸੇ ਆ ਗਿਆ ਕੋੜ ਲੱਗ ਗਿਆ 9 10 ਮਹੀਨਿਆਂ ਚ ਚਾਹੇ ਮੇਰੇ ਮੁਲਾਜ਼ਮ ਸੀ ਚਾਹੇ ਕਿਸਾਨ ਭਰਾ ਸੀ ਮੈਂ ਕੋਸ਼ਿਸ਼ ਕੀਤੀ ਹਰੇਕ ਦੀ ਸਮੱਸਿਆ ਨੂੰ ਸੁਣ ਕੇ ਹੱਲ ਕਰਨ ਦਾ ਕੋਸ਼ਿਸ਼ ਗੰਨੇ ਵਾਲੇ ਆਏ ਬਹੁਤ ਚਾਰੇ ਲੰਮੇ ਬਕਾਇ ਕੜੇ ਸੀ ਉਹ ਕੜਾਏ ਮਿਲਾਂ ਚ ਚਲਾਉਣ ਚ ਗੰਨੇ ਦਾ ਰੇਟ ਵਧਾਉਣ ਚ ਹਰ ਇੱਕ ਤਾਂ ਕਿਸਾਨ ਯੂਨੀਅਨ ਮੈਨੂੰ ਮੇਰੇ ਨਾਲ ਕਿਸਾਨ ਯੂਨੀਅਨ ਨੇ 9 ਮੀਟਿੰਗਾਂ ਕਰ ਲਈ। ਹੂੰ। ਇਹ ਤੋਂ ਪਹਿਲਾਂ ਕੋਈ ਮੰਤਰੀ ਮੈਨੂੰ ਨਹੀਂ ਪਤਾ ਵੀ ਜਿਹੜੇ ਕਿੰਨੇ-ਕਿੰਨੇ ਸਾਲ ਲਾਗੇ। ਸ਼ਾਇਦ ਕਿਸਾਨ ਯੂਨੀਅਨ ਨਾਲ 19 ਮੀਟਿੰਗਾਂ ਨਾ ਹੋ ਸਗੀਆਂ। ਮੈਂ ਉਹਨਾਂ ਲਈ ਅਪਰੋਚੇਬਲ ਸੀ ਜਦੋਂ ਮੈਨੂੰ ਕਹਿੰਦੇ ਸੀ ਮੈਂ ਉਦੋਂ ਹੀ ਮਿਲ ਲੈਂਦਾ। ਉਹ ਆਪਣੀ ਸਮੱਸਿਆ ਦੱਸਦੇ ਸੀ ਕੋਈ ਹੱਲ ਹੋ ਜਾਂਦੀ ਸੀ, ਕੋਈ ਰਹਿ ਜਾਂਦੀ ਸੀ। ਮੈਂ ਨਹੀਂ ਕਹਿੰਦਾ ਮੈਂ ਸਾਰੀਆਂ ਹੱਲ ਕਰ ਦਿੰਦਾ। ਪਰ ਮੈਂ ਹਮੇਸ਼ਾ ਹਮਦਰਦੀ ਰੱਖਦਾ ਰਿਹਾ। ਮੈਂ ਲੋਕ ਸਭਾ ਵਿੱਚ ਜਾਊਂਗਾ ਤਾਂ ਲੋਕਾਂ ਨਾਲ ਆਊਂਗਾ। ਮੇਰਾ ਫਰਜ਼ ਮੰਨਦਾ ਮੈਨੂੰ ਵੱਡੇ ਛੋਟੇ ਰੁਤਬੇ ਨਾਲ ਨਹੀਂ ਕਿਉਂਕਿ ਲੋਕ ਹੀ ਹਮੇਸ਼ਾ ਵੱਡੇ ਹੋਇਆ ਕਰਦੇ ਰਤਵੇ ਵੱਡੇ ਨਹੀਂ ਹੁੰਦੇ ਹੂੰ ਬਹੁਤ ਖੂਬ ਜੀ ਭਾਈ ਜੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਚੱਲਦੀ ਆ ਹੁਣ ਤਾਂ ਚਲੋ ਜਿਨ੍ਹਾਂ ਨੇ ਇਹ ਸਵਾਲ ਕੀਤੇ ਸੀ ਵੀ ਸਾਨੂੰ 25 ਕਰੋੜ ਦਾ ਫੋਨ ਆਉਂਦਾ ਉਹ ਪਰਲੇ ਪਾਰ ਹੀ ਚਲੇ ਗਏ ਆ ਜਿਹੜੇ ਕਹਿੰਦੇ ਸੀ ਵੀ ਸਾਨੂੰ ਉਧਰੋਂ ਫੋਨ ਆਇਆ ਅੱਜਕੱਲ ਉਧਰ ਹੀ ਆ ਤੁਹਾਨੂੰ ਵੀ ਕਦੇ ਕੋਈ ਫੋਨ ਫਾਨ ਆਇਆ ਕਿ ਨਹੀਂ ਵੀ ਭਾਈ 25 ਕਰੋੜ ਰੁਪਈਆ ਲੈ ਲਓ ਤੇ ਮਾਰੋ ਮੜੀ ਦੀ ਪਲਾਕੀ ਇਧਰਲੇ ਪਾਸੇ ਆਜੋ ਸਵਰਨ ਜੀ ਮੈਂ ਐਵੇਂ ਕਹਾ ਵੀ ਇਹ ਜੀ ਘਟਣਾ ਮੇਰੇ ਨਾਲ ਮੈਂ ਪਹਿਲਾਂ ਵੀ ਰਿਹਾ ਐ ਮੇਰੇ ਨਾਲ ਘਟਨਾ ਇਹੋ ਜੀ ਕਦੇ ਕਿਉਂਕਿ ਮੇਰਾ ਮੁੱਲ ਦੀ ਗੱਲ ਕਿਤੇ ਚੱਲੀ ਨਹੀਂ ਹਮ ਪਹਿਲਾਂ ਮੈਂ ਇਹ ਗੱਲ ਕਰਨ ਚ ਕਦੇ ਵੀ ਝਿਜਕ ਨਹੀਂ ਰਖਦਾ ਕਿ ਜਦੋਂ ਸਾਡਾ ਬਾਦਲ ਸਾਹਿਬ ਕੇ ਨਾਲ ਫਰਕ ਸੀ ਜਾਂ ਉਹਨਾਂ ਨੇ ਸਮਝੌਤੇ ਕਰਨ ਦੀ ਗੱਲ ਵੀ ਕੀਤੀ ਤਾਂ ਉਹਨਾਂ ਨੇ ਮੈਨੂੰ ਕਈ ਵਾਰੀ ਕਿ ਹਫੀਜ਼ ਨੂੰ ਸੈਟ ਅਡਜਸਟ ਕਰਦੇ ਆ ਪਾਰਟੀ ਚ ਕਿ ਤਨਾ ਕਿਤੇ ਤੁਹਾਨੂੰ ਸਰਕਾਰ ਵਿੱਚ ਪਰ ਪੈਸੇ ਦੀ ਗੱਲ ਤਾਂ ਉਹਨਾਂ ਨੂੰ ਵੀ ਪਤਾ ਸੀ ਪੈਸੇ ਵਾਲਾ ਨਹੀਂ ਇਹ ਇਨ੍ਹਾਂ ਵੱਲੋਂ ਵੀ ਕੋਈ ਮੈਨੂੰ ਇਹੋ ਜੀ ਗੱਲ ਨਾਗ ਮੇਰੇ ਕੰਨ 'ਚ ਪਈ ਹੈ ਤੇ ਮੈਨੂੰ ਵੀ ਇਹ ਵੀ ਲੱਗਦਾ ਹੋ ਸਕਦਾ ਵੀ ਇਹ ਗੱਲਾਂ ਵੈਸੇ ਹੀ ਹੋਣ 25 ਕਰੋੜ ਰੁਪਈਆ ਜਿਹੜੇ ਗੱਲਾਂ ਕਰਦੇ ਆ ਮੇਰੇ ਖਾਲ 25 ਕਰੋੜ ਉਹਨਾਂ ਨੂੰ ਵਾੜਾ ਲੱਗਦਾ ਫਿਰ ਉਹ ਤਾਂ ਥੋੜੇ ਤੇ ਕੰਮ ਨਿਬੜ ਜਾਂਦਾ ਪਰ ਵੇਖੋ ਚਲੋ ਉਹਨਾਂ ਨੂੰ ਜੇ ਆਇਆ ਹੋ ਮੈਨੂੰ ਤਾਂ ਪ੍ਰਭੂ ਕਿਸੇ ਨੇ 25 ਰੁਪਏ ਨਹੀਂ ਆਖੇ ਵੀ ਤੁਸੀਂ ਇਧਰਲੇ ਪਾਸੇ ਆਇਆਗੇ ਤਾਂ 25 ਰੁਪਏ ਦੇਵਾਂਗੇ ਹੂੰ ਚਲੋ ਇਹ ਤਾਂ ਹੋਗੀਆਂ ਗੱਲਾਂ ਖੁੜੀਆਂ ਸਾਹਿਬ ਵੀ ਤੁਸੀਂ ਬਠਿੰਡੇ ਦੇ ਵਿੱਚ ਟੋਣ ਲੜ ਰਹੇ ਹੋ ਤੇ ਸੋਣਾ ਤੁਹਾਨੂੰ ਉੱਥੇ ਹੰਗਾਰਾ ਮਿਲ ਰਿਹਾ ਪਰ ਹਮੇਸ਼ਾ ਹੀ ਸਾਡਾ ਤੇ ਸਾਡੇ ਵਰਗੇ ਹੋਰ ਬਹੁਤ ਸਾਰਿਆਂ ਦਾ ਚਿਤ ਕਰਦਾਰੇ ਨਾ ਵੀ ਤੁਹਾਡੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਆਦਰ ਅੱਜ ਵੀ ਆ ਅਤੀਤ ਦੇ ਵਿੱਚ ਸਾਡੇ ਵੱਡਿਆਂ ਨੇ ਵੱਲੋਂ ਵੀ ਕੀਤਾ ਗਿਆ 1999 ਦਾ ਵੇਲਾ ਇੱਕ ਮਹੀਨਾ ਉਹ ਮੈਂਬਰ ਪਾਰਲੀਮੈਂਟ ਰਹੇ ਫਿਰ ਅਚਾਨਕ ਲਾਪਤਾ ਹੋ ਜਾਂਦੇ ਆ 6ਵੇਂ ਦਿਨ ਉਹਨਾਂ ਦੀ ਨਹਿਰ ਦੇ ਵਿੱਚੋਂ Laash ਮਿਲਦੀ ਆ ਉਹਨੂੰ ਤੁਸੀਂ ਜਵਾਨੀ ਦੇ ਵਿੱਚ ਸੀ ਜਵਾਨੀ ਪੈਰ ਦੇ ਵਿੱਚ ਸੀ ਉਸ ਵੇਲੇ ਨੂੰ ਚੇਤੇ ਕਰਕੇ ਤੇ ਅੱਜ ਦੀ ਰਾਜਨੀਤੀ ਦੇ ਵੇਲੇ ਨੂੰ ਚੇਤੇ ਕਰਕੇ ਉਹ ਮੈਂਬਰ ਪਾਰਲੀਮੈਂਟ ਸਾਡੇ ਤੇ ਤੁਸੀਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਹੋ ਉਹਨਾਂ ਨੂੰ ਰਾਜਨੀਤੀ ਵਿੱਚ ਸਫਲ ਨਹੀਂ ਹੋਣ ਦਿੱਤਾ ਗਿਆ ਤੁਸੀਂ ਸਫਲ ਹੋ ਗਏ ਉਹ ਸਾਰੇ ਕੁਝ ਨੂੰ ਅੱਜ ਕਿਵੇਂ ਦੇਖਦੇ ਕਿਉਂਕਿ ਸਮਾਂ ਹੁੰਦਾ ਜੀ ਉਸ ਵੇਲੇ ਉਹ ਆਪਣੇ ਰਾਜਨੀਤੀ ਵਿੱਚ ਚਾਹੇ ਮੈਂ ਕਹਿੰਦਾ ਸਫਲ ਵੀ ਸੀ ਕਿਸੇ ਵੇਲੇ ਜਿਹੜੇ ਉਹ ਬਹੁਤੇ ਵੇਸਲੇ ਹੋ ਜਾਂਦੇ ਸਨ ਉਸਰ ਵਿੱਚ ਉਹ ਤੁਸੀਂ ਵੀ ਜਾਣਦੇ ਹੋ ਕਿਸੇ ਨਾਲ ਇਹੋ ਜਿਹਾ ਵੈਰ-ਵਿਰੋਧ ਸਮਝਦੇ ਹੀ ਨਹੀਂ ਸੀ ਉਹ ਤਾਂ ਸੰਤ ਰੂਪ ਜੇ ਸਨ ਜਿੰਨਾਂ ਕੋ ਆਪਾਂ ਸਾਰਾ ਅੰਦਾਜ਼ਾ ਲਾ ਸਕਦੇ ਹਾਂ ਲੋਕਾਂ ਦਾ ਭਲਾ ਸੋਚਣ ਵਾਲੇ ਸੀ ਔਰ ਪਾਰਲੀਮੈਂਟ ਦੇ ਮੈਂਬਰ ਬਣ ਕੇ ਆਏ ਸਾਡੇ ਘਰ ਵਿੱਚ ਬਹੁਤ ਵੱਡੀ ਖੁਸ਼ੀ ਹੋਈ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਔਰ ਜਦੋਂ ਇਹ ਹਾਲਸਾ ਵਾਪਰ ਜਾਂਦਾ ਤੇ ਸਾਡੇ ਘਰ ਦਾ ਦਿਲ ਤਾਂ ਡਿੱਗਣਾ ਸੀ ਲੋਕਾਂ ਦਾ ਬਹੁਤ ਔਰ ਜਿੰਨਾ ਮੈਨੂੰ ਲੱਗਦਾ ਅ ਪਹਿਲਾਂ ਜਿੰਨਾ ਜੋਸ਼ ਸੀ ਤੇ ਉਨਾਂ ਹੀ ਲੋਕਾਂ ਵਿੱਚ ਰੋਸ ਸੀ ਔਰ ਉਨਾਂ ਹੀ ਸੋਗ ਸੀ ਜਦੋਂ ਉਹਨਾਂ ਦਾ ਭੋਗ ਸੀ ਸ਼ਾਇਦ ਤੁਸੀਂ ਨਿੱਕੇ ਹੋਵੋਗੇ ਪਰ ਤੁਹਾਡੇ ਵੱਲੋਂ ਲੋਕ ਗਏ ਫਰੀਦਕੋਟ ਸਾਰੇ ਨੇ ਬਹੁਤ ਪਿਆਰ ਦਿੱਤਾ ਜੀ ਜੀ ਜਿਹੜਾ ਭੋਗ ਸੀ ਮੇਰਾ ਖਿਆਲ ਇੰਡੀਅਨ ਐਕਸਪ੍ਰੈਸ ਨੇ ਉਦੋਂ 1 ਲੱਖ ਉੱਪਰ ਦਾ ਨੰਦੀ ਗਿਣਤੀ ਲਿਖੀ ਵੀ ਲੋਕ ਮੈਂ ਕਿਸੇ ਸਿਆਸੀ ਬੰਦੇ ਤੇ ਅੱਜ ਤੱਕ ਐ ਈ ਡੀ ਵੱਡੀ ਗੱਲ ਐਡਾ ਵੱਡਾ ਭੋਗ ਉਹ ਵੀ ਆਪ ਮਹਾਰੇ ਆਪ ਮਹਾਰੇ ਹਮਮ ਔਰ ਲੋਕਾਂ ਨੇ ਲੰਗਰ ਲਜਾਣਾ ਆਪਣੇ ਵੱਲੋਂ ਟਰਾਲੀਆਂ ਦੇ ਟਰਾਲੀਆਂ ਪਰ ਕੇ ਤੇ ਉਹਨਾਂ ਦਾ ਜਿਹੜਾ ਉਸ ਤੋਂ ਬਾਅਦ ਮੈਨੂੰ ਵੀ ਨਹੀਂ ਪਤਾ ਸੀ ਵੀ ਇੰਨਾ ਪਿਆਰ ਜਦੋਂ ਮੈਂ ਲੈਕਚਰ ਲੈਣ ਲੱਗਿਆ ਵੈਸੇ ਤਾਂ ਫਰੀਦਕੋਟੀਆਂ ਨੇ ਮੈਨੂੰ ਕੰਜਾਮ ਕਹਿੰਦਾ ਨੂੰ ਵੀ ਸਿਆਸੀ ਅਸੀਂ ਕਿਸੇ ਨਾਲ ਸਾਂਝ ਰੱਖੀ ਨਹੀਂ ਅਸੀਂ ਤਾਂ ਭਾਈਚਾਰਕ ਰੱਖੀ ਐ ਫਰੀਦਕੋਟੀ ਅਜੇ ਵੀ ਭਾਈਚਾਰਕ ਸਾਂਝ ਰੱਖਦੇ ਆ ਤੇ ਜਦੋਂ ਮੈਂ ਚੋਣ ਲੜ ਰਿਹਾ ਸੀ ਸੈਂਕੜੇ ਸੈਂਕੜੇ ਛੱਡ ਹਜ਼ਾਰਾਂ ਲੋਕ ਉਧਰ ਗਏ ਰਿਸ਼ਤੇਦਾਰੀਆਂ ਚੋਂ ਵੀ ਵਾਈ ਗਰਮੀ ਤਾਂ ਅਸੀਂ ਤਨੀ ਮਦਦ ਕਰਨ ਆਏ ਆ ਵੀ ਮੇਰੇ ਨਾਲ ਤਾਂ ਉਹਨਾਂ ਦੀ ਕੋਈ ਜਾਣ ਪਛਾਣ ਨਹੀਂ ਉਹ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਉਹਨਾਂ ਪ੍ਰਤੀ ਉਹਨਾਂ ਦਾ ਪਿਆਰ ਸੀ ਉਸ ਕਰਕੇ ਔਰ ਕੁਝ ਲੋਕ ਜਾਣਦੇ ਹੁੰਦੇ ਕੁਝ ਵਿਚਾਰੇ ਉਸ ਦਿਨ ਹੀ ਜਾਣ ਪਛਾਣ ਵੀ ਅਸੀਂ ਬਾਪੂ ਜੀ ਵੇਲੇ ਵੀ ਕੀਤੀ ਸੀ ਤੇ ਹੁਣ ਅਸੀਂ ਤੇਰੀ ਭਾਈ ਮਦਦ ਤੇ ਆਏ ਆ ਜੋ ਅੱਜ ਜਿੱਥੇ ਮੈਂ ਜਿਹੜੇ ਵੀ ਜਗਾ ਤੇ ਬੀਠਾ ਖੜਾ ਉਹ ਮੈਂ ਸਾਮੀਦਾਰ ਮੇਰੇ ਬਾਪੂ ਜੀ ਹੋਰਾਂ ਕਰਕੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੋਰਾਂ ਕਰਕੇ ਔਰ ਮੈਂ ਉਹਨਾਂ ਨੂੰ ਅੱਗੇ ਲੈ ਕੇ ਚੱਲਿਆ ਵੀ ਕਿਉਂਕਿ ਬਹੁਤ ਵੱਡਾ ਨਾਂ ਜਦੋਂ ਉਹਨਾਂ ਦਾ ਭੋਗ ਪਿਆ ਉਦੋਂ ਬਹੁਤ ਸਾਰੇ ਵਿਦਵਾਨ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ਜਿਹੜੇ ਲੇਖ ਕੀ ਸੀ ਬਹੁਤ ਲੋਕ ਇਸ ਸੰਸਾਰ ਤੋਂ ਚਲੇ ਗਏ ਅੱਜ ਹਰੇਕ ਦਿਨਾਂ ਦਰਵੇਸ਼ ਲਿਖਿਆ ਜਾਂਦਾ ਪਰ ਉਹ ਰਤਵਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੂੰ ਮਿਲਿਆ ਅਸੀਂ ਉਸ ਦਾ ਮਾਨ ਸਨਮਾਨ ਅਸੀਂ ਘਰ ਵਾਲੇ ਪਰਿਵਾਰ ਵਾਲੇ ਉਹਨਾਂ ਦੇ ਨੇੜਲੇ ਜਿਹੜੇ ਚਾਉਣ ਵਾਲੇ ਸੋਚ ਛੱਡਿਆ ਵੀ ਅਸੀਂ ਉਹ ਤੋਂ ਵਧਾ ਨਹੀਂ ਸਕਦੇ ਤਾਂ ਉਹਨੂੰ ਗੁਵਾਈਏ ਨਾ ਬਹੁਤ ਖੂਬ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਨਾਲ ਮੈਂ ਤੁਹਾਨੂੰ ਕਹਿੰਦਾ ਸੀ ਮੈਂ 9 ਮਹੀਨੇ ਲਾਇਆ ਮੇਰੇ ਤੇ ਤਿੱਖੇ ਕੈਮਰੇ ਸੀ ਵਿਰੋਧੀਆਂ ਦੇ ਵੀ ਕਿਸੇ ਨਾ ਕਿਸੇ ਮnistr ਦੀ ਚਰਚਾ ਕਦੇ ਨਾ ਕਦੇ ਹੋ ਜਾਂਦੀ ਸੀ ਹਮ ਪਰ ਮੈਂ ਅਕਾਲਪੁਰਖ ਦਾ ਲੱਖ ਵਾਰ ਸ਼ੁਕਰ ਕਰਦਾ ਮੈਂ ਪੂਰਾ ਡਰ ਕੇ ਰਹਿ ਹਾਂ ਵੀ ਮੇਰੇ ਬਾਪੂ ਦਾ ਨਾਂ ਹੈ ਤੇ ਇਸ ਕਰਕੇ ਕੋਈ ਇਹੋ ਜੀ ਗੱਲ ਨਾ ਹੋਵੇ ਮੈਂ ਬੜਾ ਲੱਖ ਸ਼ੁਕਰ ਕਰਦਾ ਕਿ ਮੈਂ ਉੱਥੋਂ ਲਿਬੜ ਕੇ ਨਹੀਂ ਆਇਆ ਸਤਕਾਰਯੋਗ ਪ੍ਰਾਉ ਬਹੁਤ ਖੂਬ ਮੈਂ ਜਿਹੇ ਜਾ ਸੀ ਉਹੇ ਜਾ ਭੇਜਿਆ ਸੀ ਉਹੇ ਜਾ ਮੈਂ ਹੁਣ ਵੀ ਕਹਿੰਦਾ ਜੇ ਮੈਂ ਪਾਰਲੀਮੈਂਟ ਵਿੱਚ ਜਾऊं ਨਾ ਮੈਂ ਕੋਈ ਹੋਟਲ ਲੈਣੀ ਹੈ ਨਾ ਮੈਂ ਕੋਈ ਕਾਰਖਾਨਿਆਂ ਦੇ ਆਪਦੇ ਪਰਮਿਟ ਲੈਣੇ ਆ ਨਾ ਕੋਈ ਮਿਆਜ਼ੀਆਂ ਬੱਸਾਂ ਪਾਉਣੀਆਂ ਮੈਨੂੰ ਤਾਂ ਲੋਕਾਂ ਨੇ ਪਹਿਲਾਂ ਹੀ ਬਹੁਤ ਵੱਡਾ ਅਮੀਰ ਕਰਤਾ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਰੇ ਪੰਜਾਬ ਚੋਂ ਅਮੀਰ ਇਨਸਾਨ ਸੀ ਉਹਦੇ ਮੁਕਾਬਲੇ ਮੇਰੇ ਵਰਗੇ ਗਰੀਬ ਵਿੜੇ ਨੂੰ ਚੋਣ ਲੜਾ ਕੇ ਤੁਸੀਂ ਉੱਥੇ ਬਿਠਾਤਾ ਮੈਨੂੰ ਕਿਸੇ ਹੋਰ ਜਾਇਦਾਦਾਂ ਦੀ ਲੋੜ ਨਹੀਂ ਰੋਟੀ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਮੈਂ ਇਹ ਗੱਲ ਕਰਦਾ ਸੀ ਕਿ ਜੱਥੇਦਾਰ ਜੀ ਦਾ ਨਾਂ ਉਸ ਕਰਕੇ ਮੈਂ ਸਿਆਸਤ ਵਿੱਚ ਜੇ ਮੈਂ ਅੱਜ ਸਫਲ ਵੀ ਹੋਇਆ ਹੁੰਦਾ ਤਾਂ ਪਹਿਲਾ ਪਹਿਲਾਂ ਉਹਨਾਂ ਦਾ ਨਾਂ ਤੋਂ ਚੱਲਦਾ ਮੈਂ ਘਰੋਂ ਵੀ ਉਹਨਾਂ ਕਰਕੇ ਲੋਕਾਂ ਵਿੱਚ ਜਾ ਰਿਆਂ ਲੋਕਾਂ ਨੂੰ ਕੀ ਜਵਾਬ ਦੇਣਾ ਕੀ ਨਹੀਂ ਔਰ ਉਸ ਇਨਸਾਨ ਦਾ ਲੋਕਾਂ ਨੇ ਕਿੰਨਾ ਪਿਆਰ ਕੀਤਾ ਕਿੰਨਾ ਸਤਿਕਾਰ ਕੀਤਾ ਦੂਜਾ ਕੇਜਰੀਵਾਲ ਜੀ ਹੋਰਾਂ ਦਾ ਵੀ ਜਿਨ੍ਹਾਂ ਨੇ ਪਾਰਟੀ ਬਣਾਈ ਜਿਨ੍ਹਾਂ ਨੇ ਮੈਨੂੰ ਆਪਣੀ ਟਿਕਟ ਦੇ ਦਿੱਤੀ ਤੀਜਾ ਜਿਹੜਾ ਲੋਕਾਂ ਦਾ ਵੀ ਮੈਂ ਕੀ ਸੀ ਇੰਨੇ ਲੰਬੇ ਸਮੇਂ ਬਾਅਦ ਵੀ ਇੰਨੀ ਹਮਦਰਦੀ ਕਰਕੇ ਮੈਨੂੰ ਐਡੇ ਵੱਡੇ ਬੰਦੇ ਦੇ ਜਿਹਨੂੰ ਲੋਕ ਕਹਿੰਦੇ ਸੀ ਪਰਿਵਾਰ ਵਾਲੇ ਤਾਂ ਨੈਲਸਨ ਮੰਡੇਲਾ ਹੀ ਕਹਿੰਦੇ ਆ ਨਾ ਵੀ ਉਹਦੇ ਨਾਲ ਮੇਰੀ ਝੋਨ ਲੜਾਤੀ ਤੋ ਮੈਂ ਮੈਨੂੰ ਉੱਥੇ ਭੇਜ ਦਿੱਤਾ ਫਿਰ ਮੈਂ ਉਹਨਾਂ ਲੋਕਾਂ ਦਾ ਸਭ ਤੋਂ ਵੱਡੀ ਗੱਲ ਰੱਬ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਦਾ ਚਾਰ ਕੈਮਰੇ ਮੇਰੇ ਉੱਤੇ ਆ ਚਾਰ ਨਿਗਰਾਨੀਆਂ ਮੇਰੇ ਉੱਤੇ ਮੈਂ ਡਰਦਾ ਰਹਿਣਾ ਵੀ ਮੈਥੋਂ ਕੋਈ ਕੋਤਾਹੀ ਨਾ ਹੋ ਜੇ ਪਰ ਮੈਂ ਐਡਾ ਰੱਬ ਤਾਂ ਹੈ ਨਹੀਂ ਪਰ ਮੈਂ ਡਰਦਾ ਜ਼ਰੂਰ ਇੰਨਾ ਵੀ ਮੈਥੋਂ ਕਤਾਹੀ ਨਾ ਹੋਵੇ ਵੀ ਉਹਨਾਂ ਉੱਥੇ ਦਰਗਾਹ 'ਚ ਕੀ ਮੂੰਹ ਖਾਉਂਗਾ ਜਾਂ ਮੇਰੇ ਬਾਪੂ ਦਾ ਨਾਂ ਕਿੱਥੇ ਹੈ ਉਸ ਵਾਸਤੇ ਕੀ ਕਰਨਾ ਚਾਹੀਦਾ ਜਾਂ ਜਿਹੜੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਦੂਜੀ ਵਾਰ ਮੈਂ ਸਾਲਾਂ ਬੱਧੀ ਤੁਰਿਆ ਫਿਰਿਆ ਮੈਨੂੰ ਕਦੇ ਨੇੜੇ ਨਹੀਂ ਲੱਗਣ ਲੱਗਦਾ ਟਿਕਟ ਦੋ ਸਾਲਾਂ 'ਚ ਦੋ ਵਾਰੀ ਮੈਨੂੰ ਚੋਣ ਲੜਾਤੀ ਬਹੁਤ ਵੱਡੀ ਗੱਲ ਔਰ ਐਡਾ ਵਿਸ਼ਵਾਸ ਕਰਨਾ ਵੀ ਤੂੰ ਲੜ ਸਕਦਾ ਤੇ ਲੜ ਸੋ ਮੈਂ ਲੋਕਾਂ ਦਾ ਵੀ ਪਰਮਾਤਮਾ ਦਾ ਵੀ ਸਾਡੇ ਪ੍ਰਧਾਨ ਜੀ ਹੋਰਾਂ ਦਾ ਵੀ ਮੇਰੇ ਸਵਰਗਵਾਸੀ ਬਾਪੂ ਜੀ ਹੋਰ ਹੁੰਦਾ ਉਹ ਸਾਰਾ ਖਿਆਲ ਰੱਖ ਕੇ ਮੈਂ ਸਿਆਸਤ ਕੀਤੀ ਤੇ ਕਰੂੰਗਾ ਬਹੁਤ ਖੂਬ ਜੀ ਖੁੜੀਆ ਸਾਹਿਬ ਇੱਕ ਮੇਰਾ ਨਾ ਮਨ ਦੇ ਵਿੱਚ ਜ਼ਰੂਰ ਸਵਾਲ ਆ ਕਿ ਮੈਂ ਸਾਰੇ ਹੀ ਨੇਤਾਵਾਂ ਨੂੰ ਇਹ ਸਵਾਲ ਜ਼ਰੂਰ ਪੁੱਛਦਾ ਹੁੰਨਾ ਕਿ ਦੇਖੋ ਹਾਲਾਤ ਕੀ ਬਣੀ ਜਾਂਦੇ ਆ ਵੀ ਅੱਜ ਕੱਲ ਚਲੋ ਤੁਸੀਂ ਤਾਂ ਪਾਰਟੀ ਕਾਂਗਰਸ ਦੇ ਵਿੱਚੋਂ ਆ ਆਮ ਆਦਮੀ ਪਾਰਟੀ 'ਚ ਆਏ ਤੁਸੀਂ ਬਹੁਤ ਮਿਹਨਤ ਕੀਤੀ ਉਹਨੇ ਕਦਰ ਨਹੀਂ ਕੀਤੀ ਸਾਨੂੰ ਇਸ ਗੱਲ ਦਾ ਪਤਾ ਜਦੋਂ ਤੁਸੀਂ ਚੋਣ ਲੜਨ ਦੀ ਤਿਆਰੀ ਕਰਦੇ ਸੀ ਤੇ ਕੈਪਟਨ ਸਾਹਿਬ ਕਹਿ ਦਿੰਦੇ ਸੀ ਕਿ ਮੈਂ ਇੱਥੋਂ ਵੀ ਆ ਕੇ ਲੜਨੀ ਤੇ ਪਟਿਆਲੋਂ ਵੀ ਲੜਨੀ ਮੈਨੂੰ ਦੋ ਦੋ ਥਾਵਾਂ ਤੇ ਲੜਨੀ ਪੈਣੀ ਆ ਉਹਦਾ ਕੋਈ ਵਜ੍ਹਾ ਬਣਗੀ ਪਰ ਅੱਜ ਸਾਲ ਦੇ ਵਿੱਚ ਤਿੰਨ ਤਿੰਨ ਪਾਰਟੀਆਂ ਸਾਲ ਦੇ ਵਿੱਚ ਚਾਰ ਚਾਰ ਪਾਰਟੀਆਂ ਬਦਲ ਜਾਂਦੇ ਲੋਕ ਪੰਜਾਬ ਦੀ ਸਿਆਸਤ ਦੇ ਵਿੱਚ ਹੋਈ ਕੀ ਕੀ ਜਾਂਦਾ ਕਦੇ ਕਦੇ ਇਸ ਗੱਲ ਤੇ ਦੁੱਖ ਹੁੰਦਾ ਵੀ ਯਾਰ ਇੰਨੇ ਦਲ ਬਦਲੂ ਯਾਰ ਕੋਈ ਮਾੜਾ ਮੋਟਾ ਸਟੈਂਡ ਹੁੰਦਾ ਬੰਦੇ ਦਾ ਵੀ ਅੱਜ ਇੱਥੇ ਨਹੀਂ ਟਿਕਟ ਮਿਲੀ ਇੱਥੇ ਚਲੇ ਜਾਓ ਇੱਥੇ ਨਹੀਂ ਮਿਲੀ ਇੱਥੇ ਚਲੇ ਜਾਓ ਇੱਥੇ ਨਹੀਂ ਮਿਲੀ ਇੱਥੇ ਚਲੇ ਜਾਓ ਵੀ ਪੰਜ ਸੱਤ ਹੀ ਤਾਂ ਦੁਕਾਨਾਂ ਪੰਜਾ ਸੱਤਾਂ ਦੇ ਉੱਤੇ ਹੀ ਘੁੰਮ ਲੈਂਦੇ ਉਹ ਸਾਲਕ ਦੇ ਵਿੱਚ ਕੀ ਕਹਿਣਾ ਚਾਹੋਗੇ वैसे मैं थोनु जਵੇਂ ਤੁਸੀਂ ਕਹਿੰਨੇ ਮੈਂ ਕਾਂਗਰਸ ਵਿੱਚ ਸੀਗਾ ਤੇ ਮੈਂ ਇਸ ਗੱਲ ਦੀ ਬਹੁਤ ਰੱਖਦਾ ਵੀ ਹੁੰਦਾ ਸੀ ਕਈ ਸਾਲਾਂ ਤੋਂ ਮੈਨੂੰ 5 ਸਾਲ ਮੈਂ ਪ੍ਰਧਾਨ ਵੀ ਰਿਹਾ ਮੈਂ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕੀਤਾ ਮੈਂ ਲੰਬੀ ਤੋਂ ਮੈਨੂੰ ਸਰਦਾਰ ਮਹੇਸ਼ੇਂਦਰ ਸਿੰਘ ਬਾਦਲ ਲੜਦੇ ਹੁੰਦੇ ਸੀ ਬਹੁਤ ਨੇਕ ਇਨਸਾਨ ਨੇ ਉਹ ਤਿੰਨ ਵਾਰ ਚੋਣ ਲੜ ਕੇ ਹਟ ਗਏ ਉਹ ਕਹਿੰਦੇ ਮੈਨੂੰ ਗੁਰਮੀਤ ਤੂ ਲੜ ਲੈ ਯਾਰ ਮੈਂ ਨਹੀਂ ਲੜਨੀ ਮੈਂ ਹਣੇ ਜੀ ਤੁਸੀਂ ਵੱਡੇ ਨੇ ਉਹ ਪਾਪਾ ਜੀ ਹੋਰਾਂ ਦੇ ਜਿਹੜੇ ਭਰਾਵਾਂ ਚਾਉਂਦੇ ਅਸੀਂ ਚਾਚਾ ਜੀ ਕਹਿੰਨੇ ਮੈਂ ਚਾਚਾ ਜੀ ਲੜੋ ਆਦੇ ਨਹੀਂ بس ਤੂੰ ਲੜਨੀ ਯਾਰ ਮੈਂ ਤਿਆਰੀ ਸ਼ੁਰੂ ਕਰ ਲਈ ਹੂੰ ਉਹਨਾਂ ਨੇ ਵੀ ਅਸ਼ੀਰਵਾਦ ਦਿੱਤਾ ਮੈਂ ਲੱਗਿਆ ਰਿਹਾ ਮੇਰੇ ਨਾਲ ਲੋਕ ਵੀ ਠੀਕ ਹੁੰਦੇ ਜਦੋਂ ਇਲੈਕਸ਼ਨ ਆਉਣੀ ਸੀ ਅੰਤ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫੋਨ ਆ ਗਿਆ ਵੀ ਮੈਂ ਲੜਨੀ ਹੈ ਮੈਂ ਕਿਹਾ ਤੁਸੀਂ ਆ ਜਾਓ ਪ੍ਰਧਾਨ ਔਰ ਨਾਲ ਮੈਨੂੰ ਇਹ ਕਿਹਾ ਗਿਆ ਵੀ ਮੈਂ ਜਿੱਤ ਜੂਗਾ ਤੇ ਤੈਨੂੰ ਛੱਡ ਜੂਗਾ ਮੈਂ ਕਿਹਾ ਨਹੀਂ ਜਿੱਤ ਤਾਂ ਮੈਂ ਇਹ ਵੀ ਜਾਂਦਾ ਮੈਂ ਉਹਨਾਂ ਨੂੰ ਕਿਹਾ ਵੀ ਸੀ ਮੈਨੂੰ ਨਹੀਂ ਪਤਾ ਜੀ ਵੀ ਹਾਰ ਹੋਣੀ ਹੈ ਕਿ ਜਿੱਤ ਹੋਣੀ ਹੈ ਔਰ ਕੈਪਟਨ ਸਾਹਿਬ ਵੀ ਬਾਈ 23000 ਵੋਟਾਂ ਦੇ ਫਰਕ ਨਾਲ ਹਾਰ ਕੇ ਨਾਲ ਗਿਆ ਵੀ ਇੱਥੇ ਇੱਕ ਦਫਤਰ ਰੱਖਿਆ ਜਾਊਗਾ ਜਿਹੜਾ ਲੋਕਾਂ ਦੀ ਸੁੱਖ ਸਹੂਲਤ ਲਈ ਸੀਐਮ ਹਾਊਸ ਨਾਲ ਜੁੜਿਆ ਹੋਊਗਾ ਹੂੰ ਨਾਲ ਮੈਨੂੰ ਵੀ ਕਿਹਾ ਵੀ ਤੈਨੂੰ ਵੀ ਕਿਤੇ ਐਡਜਸਟ ਕਰਦੇ ਆਂ ਵੀ ਜਿਹੜਾ ਬੰਦਾ ਪਾਰਟੀ ਲਈ ਚੱਲਦਾ ਉਹ ਚਾਹੁੰਦਾ ਵੀ ਕੋਈ ਰਤਬਾ ਹੋਵੇ ਤਾਂ ਲੋਕਾਂ ਦੇ ਕੰਮ ਤੰਦੇ ਹੁੰਦੇ ਰਹਿੰਦੇ ਆ ਹੋਰ ਮੈਨੂੰ ਵੀ ਇਹੋ ਜਿਹਾ ਲਾਲਚ ਜੇ ਹੁੰਦਾ ਤਾਂ ਮੈਨੂੰ ਹੁਣ ਵੀ ਮਿਨਿਸਟਰੀ ਮਿਲੀ ਸੀ ਤਾਂ ਮੈਂ ਉਸੇ ਤਰ੍ਹਾਂ ਹੀ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕੀਤੀ ਐ ਮੈਂ ਕੋਈ ਲਾਲਚ ਨਹੀਂ ਰੱਖਿਆ ਸੀ ਤੇ ਨਾਈ ਮੈਨੂੰ ਪਤਾ ਸੀ ਮੈਂ ਮਨਿਸਟਰ ਬਣ ਜਾਊਗਾ ਉਸ ਤੋਂ ਬਾਅਦ ਹਰ ਇੱਕ ਗੱਲ ਤੇ ਇਗਨੋਰ ਕਰਨ ਲੱਗੇ ਲੰਬੀ ਹਲਕੇ ਨੂੰ ਕਰਨ ਲੱਗੇ ਮੈਨੂੰ ਵੀ ਕਰਨ ਲੱਗੇ ਗਿਆਨ ਨੂੰ ਮਿਲਣ ਤੋਂ ਵੀ ਥੋੜਾ ਜਿਆ ਕੰਨੀ ਕਰਾਉਣੀ ਉੱਥੇ ਹੋਰ ਤਰ੍ਹਾਂ ਦੇ ਬੰਦੇ ਜਿਹੜੇ ਆ ਗਏ ਆ ਗਏ ਚਲੋ ਅਸੀਂ ਥੋੜਾ ਥੋੜਾ ਪਛਾਣ ਹਟਣ ਲੱਗੇ ਵੀ ਇਸ ਦਾ ਮੈਂ ਮਤਲਬ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਲੱਗਿਆ ਫਿਰ ਉਹਨਾਂ ਨੇ ਨਾ ਸਿਆਣਾ ਜਦੋਂ ਕੋਈ ਪਾਰਟੀ ਜਮਾ ਸੌਂਦੀ ਹੋਵੇ ਵੀ ਉਹਨ ਦਾ ਪਾਸੇ ਕਰਨਾ ਤੇ ਫਿਰ ਮੈਂ ਆਪ ਹੀ ਪਾਸੇ ਹੋਣਾ ਚੰਦਾ ਸਮਝਾ ਇਸ ਦੌਰਾਨ ਮੈਨੂੰ ਕੇਜਰੀਵਾਲ ਜੀ ਹੋਰਾਂ ਦੇ ਸਨੇਹ ਆਉਣ ਲੱਗੇ ਵੀ ਤੁਸੀਂ ਸਾਡੇ ਨਾਲ ਰਾਜੋਤੇ ਮੈਂ ਕੁਛ ਚਿਰ ਉਹਨਾਂ ਨੂੰ ਵੀ ਹਾਂਜੀ ਹਾਂਜੀ ਮਤਲਬ ਮੈਂ ਕਿਹਾ ਯਾਰ ਕੋਈ ਬਹੁਤਾ ਕਿਉਂਕਿ ਜਿੰਨਾ ਘਰ ਆ ਗਿਆ ਦਿੰਦੇ ਐ ਮੈਂ ਵੱਡੀ ਸਿਆਸਤ ਕਰ ਵੀ ਨਹੀਂ ਸਕਦਾ ਸੀ ਮੈਨੂੰ ਬੜਾ ਔਖਾ ਲੱਗ ਰਿਹਾ ਸੀਗਾ ਵੀ ਜਿੰਨਾ ਚੱਲੀ ਜਾਂਦਾ ਹੁਣ ਬੱਚੇ ਜਵਾਨ ਹੋ ਗਏ ਉਹਨਾਂ ਨੂੰ ਵਿਆਹ ਵਰਾਂਗੇ ਆਪੇ ਆਪਣੇ ਕੰਮਾਂ ਤੇ ਲੱਗਣੇ ਮੈਂ ਕਿੱਥੇ ਪੈਸੇ ਲਾਈ ਜਾਊਂਗਾ ਕਿੰਨੀ ਕਮਾਈ ਐ ਕਰਦੀ ਤੋ ਦੂਸਰਾ ਕੋਈ ਹੀਰਾ ਫੇਰੀਆਂ ਨਾ ਕਦੇ ਸੋਚਿਆ ਤੇ ਨਾ ਕਦੇ ਕਰਨੀਆਂ ਮੈਂ ਅੱਜ ਵੀ ਕਹਿੰਨਾ ਕੱਲ ਨੂੰ ਵੀ ਸਵਰਨ ਜੀ ਇਹ ਗੱਲ ਰਿਕਾਰਡ ਪਈ ਰਹਿਣੀ ਆਪਾਂ ਇਸ ਸੰਸਾਰ ਤੋਂ ਵੀ ਚਲੇ ਜਾਵਾਂਗੇ 60 ਸਾਲਾਂ ਦੀ ਸਿਆਸਤ ਬਾੜ ਤਰੇੜ ਤੋਂ ਮੇਰੇ ਪਿਤਾ ਜੀ ਸਿਆਸਤ ਕਰਨ ਲੱਗ ਗਏ ਕਾਲ ਜਵਾ ਕੇ 1 ਰੁਪਈਆ ਹਰਾਮ ਦੀ ਕਮਾਈ ਦਾ 6 ਬੇਈਮਾਨੀ ਦਾ ਸਾਡੇ ਘਰ ਵਿੱਚ ਪਹਿਲਾਂ ਨਹੀਂ ਗਿਆ ਅੱਗੇ ਤੋਂ ਵੀ ਨਹੀਂ ਆਊਗਾ ਬਹੁਤ ਸਾਡੇ ਪਿਤਾ ਜੀ ਹੋਰਾਂ ਨੇ ਦੱਸੂਗਾ ਕੁਝ ਜ਼ਮੀਨ ਵੀ ਉਹਨਾਂ ਨੂੰ ਵੇਚਣੀ ਪਈ ਮੈਂ ਜਦੋਂ ਦਾ ਸਿਆਸਤ ਵਿੱਚ ਆਇਆ ਨਾ ਮੈਂ ਵੇਚਣ ਵਾਲਿਆਂ ਚ ਨਾ ਲੈਣ ਵਾਲਿਆਂ ਚ ਅੱਜ ਦੇ ਖਰਚੇ ਆਪਦੇ ਬਰਾਬਰ ਕੁਛ ਮੇਰੀ ਸਹਾਇਤਾ ਵੱਡੀ ਇਹ ਹੋ ਜਾਂਦੀ ਹੈ ਕਿ ਮੈਥੋਂ ਛੋਟਾ ਭਰਾ ਕੈਨੇਡਾ ਵਿੱਚ ਹਰਮੀਤ ਸਿੰਘ ਹਰਮੀਤ ਸਿੰਘ ਬਹੁਤ ਵਧੀਆ ਇਨਸਾਨ ਹਰਮੀਤ ਮੈਥੋਂ 8.5 ਸਾਲ ਛੋਟਾ ਹੈ ਹਮ ਔਰ ਜੇ ਮੈਂ ਕਹਾਂ ਮੈਨੂੰ ਭਰਾਵਾਂ ਵਾਲੀ ਗਲਤਪੀਓ ਵਾਂਗ ਵੀ ਮਾਨ ਸਨਮਾਨ ਦਿੱਤਾ ਮੇਰੀ ਉਸਨੇ ਕਦੇ ਕੋਈ ਗੱਲ ਟੋਕੀ ਨਹੀਂ ਜਵਕਾਂ ਨੂੰ ਵੀ ਮੈਂ ਉਸ ਨੂੰ ਚੜਕ ਚੰਬ ਲੈਂਦਾ ਕਦੇ ਵੀ ਅਜੇ ਤੱਕ ਵੀ ਜੇ ਮੈਨੂੰ ਨਾ ਉਹਦੀ ਗੱਲ ਚੰਗੀ ਲੱਗੇ ਤੇ ਮੈਂ ਉਹਨੂੰ ਕੁਝ ਵੀ ਕਹਦਾ ਉਹਨੇ ਦਵਾਰੇ ਉਲਟਾ ਕੇ ਨਹੀਂ ਕਿਹਾ ਵੀ ਬਾਈ ਇਹ ਕਿਉਂ ਮੈਨੂੰ ਕਹਿ ਦਿੱਤਾ ਉਹ ਚਲਾ ਗਿਆ ਉਹਦੀ ਜ਼ਮੀਨ ਦਾ ਜਾਇਦਾਦ ਕਦੇ ਵੀ ਮੈਥੋਂ ਠੇਕਾ ਨਹੀਂ ਲੈਂਦਾ ਹਾਲਾਂਕਿ ਮੈਨੂੰ ਕੁਝ ਨਾ ਕੁਝ ਪੈਸੀ ਕਿਤੇ ਨਾ ਕਦੇ ਲੋੜ ਹੁੰਦੀ ਤਾਂ ਉਹ ਹੰਦਾ ਵੀ ਬਾਈ ਇੱਥੇ ਤੈਨੂੰ ਲੋੜ ਪਊਗੀ ਤਾਂ ਉਹ ਮੈਂ ਸਹਾਇਤਾ ਕਰਦਾ ਰਿਹਾ ਜਿਹਦੇ ਨਾਲ ਮੈਂ ਜਿਹੜੀ ਸਿਆਸਤ ਚਲਾ ਸਕਿਆ ਤੇ ਜਿੱਥੇ ਮੇਮਾ ਅੰਦਰ ਇਹਨਾਂ ਆਪਦੀ ਜਾਇਦਾਦ ਵੀ ਬਚਾ ਸਕਿਆ ਹੋ ਸਕਦਾ ਮੈਨੂੰ ਵੀ ਉਹਦੇ ਚੋਂ ਕੁਝ ਘਟਾਉਣੀ ਪੈਂਦੀ ਹੂੰ ਤੋ ਮੈਂ ਮੈਂ ਕਹਣਾ ਵੀ ਅਗਲਾ ਵੀ ਇਹ ਇਹ ਜ਼ਹਿਰ ਦੇ ਬਰਾਬਰ ਹੋ ਬੇਈਮਾਨੀ ਦਾ ਜਾਂ ਹਰਾਮ ਦੀ ਕਮਾਈ ਦਾ 1 ਰੁਪਿਆ ਸਾਡੇ ਘਰੇ ਵੀ ਜਾਂ ਮੈਂ ਕਦੇ ਆਪਦੇ ਪੈਰ ਨਾਲ ਲੈ ਕੇ ਮੈਨੂੰ ਇਹ ਕਾਰਖਾਨੇ ਦੀ ਲੋੜਾ ਜ਼ਮੀਨ ਦੇ ਦਾ ਮੈਂ ਨਹੀਂ ਕਰੂਗਾ ਮੈਂ ਆਪਣੇ ਜਵਾਕਾਂ ਨੂੰ ਵੀ ਕਹਿ ਦਿੱਤਾ ਹੈਗਾ ਈ ਮੈਂ 60 ਸਾਲਾਂ ਦਾ ਹੋ ਗਿਆ। ਸ਼ਾਇਦ ਪੰਜ ਸੱਤ ਸੱਤ ਜਾਉਣਾ ਕਿ ਨਹੀਂ ਜਾਉਣਾ। ਮੈਂ ਕਿਉਂ ਇਹ ਜਾ ਮੂੰਹ ਕਾਲਾ ਕਰਵਾ ਕੇ ਜਾਵਾਂ ਤੁਸੀਂ ਰੋਟੀ ਖਾਣੇ ਖਾਂਦੇ ਰਹੋਗੇ ਮੈਨੂੰ ਤੁਸੀਂ ਕੀ ਦੇ ਦੇਵੋ ਮੈਂ ਨਹੀਂ ਇਹੋ ਜੀਆਂ ਗੱਲਾਂ ਤੇ ਪੈਣਾ ਚਾਉਂਦਾ। ਬਹੁਤ ਖੂ। ਖੁੜੀਆ ਸਾਹਿਬ ਸਮਾ ਕਹਿਣਾ ਵੀ ਰੁਕਜੋ। ਢੜੀ ਦੀ ਸੂਈ ਦੇ ਉੱਤੇ ਕਾਬੂ ਨਹੀਂਗਾ ਆਪਣਾ। ਪਰ ਜਾਂਦੇ ਜਾਂਦੇ ਇੱਕ ਵਾਰੀ ਬਠਿੰਡਾ ਖੇਤਰ ਦੇ ਲੋਕਾਂ ਨੂੰ ਹੋਰ ਕੀ ਸੁਨੇਹਾ ਲੈਣਾ ਚਾਹੂੰ। ਮੈਂ ਬਠਿੰਡਾ ਖੇਤਰ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਮੈਂ ਪਿੰਡੋਂ ਪਿੰਡ ਵੀ ਜਾਣਾ। ਵੇਖੋ ਵੀ ਭਰਾ ਮੇਰਾ ਤੁਸੀਂ ਜੀਵਨ ਜਾਣਦੇ ਹੋ ਜਾਂ ਕੁਝ ਲੋਕ ਦੱਸ ਦਿੰਦੇ ਆ ਮੇਰੇ ਪਿਤਾ ਜੀ ਬਾਰੇ ਵੱਡੀ ਉਮਰ ਦੇ ਲੋਕ ਜਾਣਦੇ ਆ ਸਾਡੀ ਸਾਡੀ ਸਿਆਸਤ ਨੂੰ ਵੇਖ ਲਓ ਦੂਸਰੇ ਉਮੀਦਵਾਰ ਹੈ ਜੇ ਮੈਂ ਉਹਨਾਂ ਚੋਂ ਤੁਹਾਨੂੰ ਥੋੜਾ ਜਿਹਾ ਵੀ ਭੜਾ ਲੱਗਿਆ ਤਾਂ ਮੇਰੇ ਹੱਥ ਬਨ ਕੇ ਬੇਨਤੀ ਹੈ ਮੇਰੇ ਵੀ ਨੀ ਖਿਆਲ ਰੱਖੋ ਜੇ ਮੈਂ ਤੁਹਾਨੂੰ ਲੱਗਿਆ ਵੀ ਲੁਟੇਰਾ ਹੈ ਤਾਂ ਡਾਕੂ ਆਏ ਸਿਆਸਤ ਨੂੰ ਉਸੇ ਤਾਈ ਲੈ ਕੇ ਜਾਊਗਾ ਮੈਂ ਤੁਹਾਡੀ ਵੋਟ ਦਾ ਹੱਕਦਾਰ ਨਹੀਂ ਮੈਂ ਚੈਲੰਜ ਨਾਲ ਇਹ ਕਹਿ ਦਿੰਨਾ ਹਰੇਕ ਨੂੰ ਮਿੰਤ ਨਾਲ ਕਹਿ ਦਿੰਨਾ ਹਾਂ ਜੇ ਤੁਹਾਨੂੰ ਥੋੜਾ ਜਿਹਾ ਡੇਢ ਮਹੀਨਾ ਪਿਆ ਜੇ ਸੋਚਣ ਦਾ ਲੱਗੇ ਵੀ ਉਹਨਾਂ ਨਾਲੋਂ ਸਾਡੇ ਲਈ ਕੁਝ ਕਰੂ ਤਾਂ ਵੀ ਚੰਗਾ ਜੇ ਨਾ ਕਰੂ ਤਾਂ ਬੇਈਮਾਨੀ ਨਹੀਂ ਕਰੂਗਾ ਹੂੰ ਬਹੁਤ ਵਧੀਆ ਖੁੜੀਆਂ ਸਾਹਿਬ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਡੇ ਪਿਤਾ ਜੀ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਆ ਕਿਉਂਕਿ ਅਸੀਂ ਆਪਣੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਬਾਰੇ ਗੱਲਾਂ ਸੁਣਦੇ ਰਹੇ ਹਾਂ ਸਾਡੇ ਪਿੰਡ ਦੇ ਵਿੱਚ ਬਜ਼ੁਰਗ ਤੁਹਾਡੇ ਪਿਤਾ ਜੀ ਬਾਰੇ ਗੱਲਾਂ ਕਰਦੇ ਉਸ ਤਾਂ ਨਿਆਣੇ ਸੀਗੇ ਉਦੋਂ ਸਾਨੂੰ ਤਾਂ ਪਤਾ ਹੀ ਨਹੀਂਗਾ ਉਹਨਾਂ ਗੱਲਾਂ ਦਾ ਪਰ ਜਦੋਂ ਸੁਣਦੇ ਆ ਉਦੋਂ ਚੰਗਾ ਲੱਗਦਾ ਤੇ ਫਿਰ ਸਾਨੂੰ ਇਹ ਗੱਲ ਚੰਗੀ ਲੱਗਦੀ ਵੀ ਯਾਰ ਬਾਕੀ ਗੱਲਾਂ ਇੱਕ ਪਾਸੇ ਪਰ ਗੁਰਮੀਤ ਸਿੰਘ ਖੁੜੀਆਂ ਹੋਰੀ ਵੀ ਇਮਾਨਦਾਰ ਬਹੁਤ ਨੇ ਜਿਹੜੀ ਆ ਗੱਲ ਨਾ ਉਹਦੇ ਕਰਕੇ ਚਿਤ ਕਰਦਾ ਵੀ ਇੰਟਰਵਿਊਆ ਕਰ ਗਈ ਉਹਦੇ ਕਰਕੇ ਚਿਤ ਕਰਦਾ ਵੀ ਯਾਰ ਥੋੜਾ ਜਿਹਾ ਹੋਰ ਸਮਾਂ ਬਤਾਈਏ ਤੁਸੀਂ ਜ਼ਿੰਦਾਬਾਦ ਰਹੋ ਬਠਿੰਡੇ ਦੇ ਲੋਕਾਂ ਦੇ ਹੱਥ ਵਸ ਬਹੁਤ ਕੁਝ ਆ ਉਹਨਾਂ ਨੇ ਜੋ ਫੈਸਲਾ ਕਰਨਾ ਮਖਦੋ ਪੂਰਨ ਕਰਨਗੇ ਪਰ ਤੁਸੀਂ ਚੜ੍ਹਦੀ ਕਲਾ ਚ ਰਹੋ ਮੇਰੀ ਬੇਨਤੀ ਹੈ ਵੀ ਜਦੋਂ ਮੈਂ ਹੁਣ ਵੀ ਪਿੰਡਾਂ ਜਾਣਾ ਮਾਲਸਾ ਬਲਾਡਾ ਔਰ ਸਰਦੂਲਗੜ੍ਹ ਇਧਰਲੇ ਪਿੰਡਾਂ ਦੀ ਗੱਲ ਉਧਰੋਂ ਵੀ ਮੈਨੂੰ ਬਜ਼ੁਰਗ ਉੱਠ ਕੇ ਜਾਂ ਤਾਂ ਮੇਰੇ ਹਾਣੀ ਸੀ ਉਹਨਾਂ ਨੇ ਜਿਹੜੇ ਸੀਗੇ ਵੱਡੇ ਹੋਗੇ ਉਹਨਾਂ ਨੇ ਵੀ ਆਖਿਆ ਬਾਈ ਜੀ ਜਹੇਦਾਰ ਜੀ ਬਾਰੇ ਸੁਣਿਆ ਸੀ ਤੁਸੀਂ ਆਏ ਹੋ ਜ਼ਰੂਰ ਕਰਾਂਗੇ ਤੇ ਵੱਡੇ ਬਜ਼ੁਰਗਾਂ ਨੇ ਸਿਰ ਪਲੂਸ ਪਲੂਸ ਕੇ ਵੀ ਮੈਨੂੰ ਆਸ਼ੀਰਵਾਦ ਦਿੱਤਾ ਵੀ ਅਸੀਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੂੰ ਜਾਣਦੇ ਆ ਤੇਰੀ ਮਦਦ ਅਸੀਂ ਸਾਰਾ ਪਿੰਡ ਕਰਾਂਗੇ ਹਾਲਾਂਕਿ ਮੈਂ ਵੀ ਕਹਿਣਾ ਵੀ ਇੱਕ ਬੰਦਾ ਪਿੰਡ ਦੀ ਸ਼ਾਦੀ ਫਰਦਾ ਬਹੁਤ ਔਖੀ ਗੱਲ ਹੁੰਦੀ ਪਰ ਬਹੁਤ ਵੱਡਾ ਹੌਸਲਾ ਦਿੱਤਾ ਹੈ ਤੋ ਮੈਂ ਸਦਾ ਸਦਾ ਹੀ ਲੋਕਾਂ ਦਾ ਸਿਰ ਚੁਕਾ ਕੇ ਸਤਿਕਾਰ ਕਰਦਾ ਰਹੂੰਗਾ ਬਹੁਤ ਮਿਹਰਬਾਨੀ ਖੁੜੀਆਂ ਸਤਿਨਵਾਜ ਜੀ ਤੋ ਦੋਸਤੋ ਇਹ ਸਨ ਸਰਦਾਰ ਗੁਰਮੀਤ ਸਿੰਘ ਖੁੜੀਆਂ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਨੇ ਜਿਹੜੇ ਕਿ ਇਸ ਵੇਲੇ ਬਠਿੰਡਾ ਲੋਕ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨਿਠ ਕੇ ਪ੍ਰਚਾਰ ਕਰ ਰਹੇ ਆ ਆਸ ਹੈ ਤੁਹਾਨੂੰ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਇਹ ਗੱਲਾਂ ਬਾਤਾਂ ਪਸੰਦ ਆਈਆਂ ਹੋਣਗੀਆਂ ਆਪਣੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਸਾਰਥਕ ਟਿੱਪਣੀਆਂ ਦੇ ਰੂਪ ਦੇ ਵਿੱਚ ਰਾਏਾਂ ਜ਼ਰੂਰ ਦਿਓ ਤੇ ਕਿਸੇ ਹੋਰ ਉਮੀਦਵਾਰ ਦੇ ਨਾਲ ਕਿਸੇ ਵੀ ਹੋਰ ਪਾਰਟੀ ਦੇ ਉਮੀਦਵਾਰ ਦੇ ਨਾਲ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਹੋ ਤਕਲੀ ਆਗਿਆ ਦਿਓ ਬਹੁਤ ਬਹੁਤ ਧੰਨਵਾਦ